ਮਾਣਯੋਗ ਸੁਪਰਡੈਂਟ ਸਾਹਿਬ, ਡਿਪਟੀ ਸੁਪਰਡੈਂਟ ਸਾਹਿਬ, ਸਟੱਡੀ ਸਰਕਲ ਦੇ ਸਮੂਹ ਵੀਰ, ਅਤੇ ਮੇਰੇ ਸਾਹਮਣੇ ਬੈਠੇ ਮੇਰੇ ਸਾਰੇ ਵੀਰੋ ਅਤੇ ਬਜ਼ੁਰਗੋ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਗੀ ਦੇ ਤਜਰਬੇ ਜੇ ਦੇਖੀਏ ਤਾਂ ਤੁਹਾਡੇ 'ਚ ਬਹੁਤ ਐਸੇ ਹਨ ਵੱਡੇ ਵੀਰ ਜਿਨ੍ਹਾਂ ਦੇ ਮੇਰੇ ਨਾਲ ਕਿਤੇ ਜ਼ਿਆਦਾ ਹੋਣਗੇ। ਜੋ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਉਹਨੂੰ ਤਜਰਬੇ ਦੇ ਆਧਾਰ 'ਤੇ ਨਾ ਲਿਆ ਜੇ, ਕਿਉਂਕਿ ਅਸੀਂ ਜ਼ਿਆਦਾਤਰ ਸਕੂਲਾਂ ਕਾਲਜਾਂ 'ਚ ਕੈਂਪਾਂ 'ਚ ਚਲਾਉਂਦੇ ਹਾਂ, ਬੋਲਦੇ ਹਾਂ, ਅਤੇ ਕਿਤਾਬਾਂ 'ਚੋਂ ਲਈਆਂ ਗੱਲਾਂ ਹੁੰਦੀਆਂ ਜਾਂ ਆਪਦਾ ਤਜਰਬਾ ਸਾਡਾ ਉਹਨਾਂ ਲਈ ਤਾਂ ਠੀਕ ਹੁੰਦਾ, ਮੈਨੂੰ ਲੱਗਦਾ ਤੁਹਾਨੂੰ ਲੱਗੂਗਾ ਕਿ ਨਹੀਂ, ਇਹ ਦੋਗਾਂ ਦੀਆਂ ਗੱਲਾਂ ਵੀ ਹੈਗੀਆਂ। ਸੋ ਜਿੰਨੀਆਂ ਕੁ ਵਿੱਚੋਂ ਜੇ ਕੋਈ ਗੱਲ ਤੁਹਾਨੂੰ ਠੀਕ ਲੱਗੇ ਤਾਂ ਉਹ ਲੈ ਲਿਆ ਜੀ, ਬਾਕੀ ਦੀ ਮੈਨੂੰ ਖਿਮਾ ਕਰਿਓ। ਸੁਚੱਜੀ ਜੀਵਨ ਜਾਂਚ 'ਤੇ ਇਹ ਜਿਹੜਾ ਇੱਕ ਕੈਂਪ ਤੁਹਾਡਾ ਔਰਗਨਾਈਜ਼ ਕੀਤਾ ਐਡਮਿਨਿਸਟ੍ਰੇਸ਼ਨ ਨੇ, ਵੀਰ ਜੀ ਹੋਰਾਂ ਨੇ, ਹਰੇਕ ਲਈ ਜ਼ਰੂਰੀ ਹੈ, ਹਰ ਸਮੇਂ ਜ਼ਰੂਰੀ ਹੈ, ਔਰ ਇਹਦਾ ਕੋਈ ਉਹ ਸਮਾਂ ਨਹੀਂ ਹੁੰਦਾ ਕਿ ਇੱਥੋਂ ਤੱਕ ਹੀ ਲੋੜ ਹੈ, ਇਹ ਦੋ ਗਾਹ ਨਹੀਂ ਲੋੜ। ਪਰ ਕਿਉਂ, ਗੱਲ ਜ਼ਿੰਦਗੀ ਦੀ ਹੈ, ਜੀਵਨ ਦੀ ਹੈ ਨਾ, ਫਿਰ ਉਹਦੀ ਜੀਵਨ ਜਾਂਚ ਦੀ ਹੈ, ਫਿਰ ਸੁਚੱਜੀ ਜੀਵਨ ਜਾਂਚ ਦੀ ਹੈ। ਤਾਂ ਜੀਵਨ ਵਧੀਆ ਤਰ੍ਹਾਂ ਨਾਲ ਜਿਉਣਾ ਚਾਹੀਦਾ ਹੈ, ਵਧੀਆ ਤਾਂ ਜਿਉਣਾ ਚਾਹੀਦਾ, ਪਰ ਕਿਵੇਂ ਜਿਉਣਾ ਚਾਹੀਦਾ। ਥੋੜ੍ਹੇ ਦਿਨ ਪਹਿਲਾਂ ਬੱਚਿਆਂ ਦੇ ਬਾਦਲ ਜਿਹੜਾ ਲੜਕੀਆਂ ਦਾ ਸਕੂਲ ਹੈ, ਇੱਕ ਕਾਲਜ ਹੈ ਉੱਥੇ, ਉੱਥੇ ਕੈਂਪ ਸੀ, ਤਾਂ ਉੱਥੇ ਆਈ ਬੱਚਿਆਂ ਨਾਲ ਜਦੋਂ ਸਵਾਲ ਜਵਾਬ ਕੀਤੇ ਤਾਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਕਹਿੰਦੇ ਆ ਵੱਡੇ ਵੀ ਸੱਚ ਬੋਲਿਆ ਕਰੋ। ਚੰਗੀ ਗੱਲ ਹੈ ਸੱਚ ਬੋਲਣੀ, ਪਰ ਕਦੇ ਕਿਸੇ ਨੇ ਪੁੱਛਿਆ ਵੀ ਕਿਉਂ ਬੋਲਣਾ ਚਾਹੀਦਾ, ਵੀ ਸਿਆਣੇ ਬਣਿਆ ਕਰੋ, ਕਿਉਂ ਬਣਨਾ ਚਾਹੀਦਾ, ਵੀ ਜੋ ਮਨ 'ਚ ਆਉਂਦਾ ਉਹ ਕਿਉਂ ਨਹੀਂ ਕਰਨਾ ਚਾਹੀਦਾ। ਜੇ ਮਨ 'ਚ ਜੋ ਆਉਂਦਾ ਉਹ ਕੀਤਿਆਂ ਖੁਸ਼ੀ ਮਿਲਦੀ ਹੈ, ਫਿਰ ਕਿਉਂ ਨਹੀਂ ਲੈਣੀ ਚਾਹੀਦੀ। ਅਸਲੀ ਇਹ ਨਹੀਂ ਹੁੰਦਾ ਕਿ ਸਵਾਲਾਂ ਦੇ ਜਵਾਬ ਪੁੱਠੇ ਆਉਣਗੇ, ਮਤਲਬ ਅਸੀਂ ਸਵਾਲ ਪੁੱਛਦੇ ਨਹੀਂ, ਸਵਾਲਾਂ ਦੇ ਜਵਾਬਾਂ ਤੋਂ ਬਾਅਦ ਹੀ ਸਾਨੂੰ ਅਸਲੀ ਉਹਦਾ ਵਜ੍ਹਾ ਪਤਾ ਲੱਗੂਗੀ ਕਿ ਐਂ ਕਿਉਂ ਹੈ। ਇਹ ਜਿਹੜੀ ਜੀਵਨ ਹੈ ਸਾਡਾ, ਜਿਹੜਾ ਜੀਵਨ ਹੈ ਸਾਨੂੰ, ਜਿਹੜੀ ਜ਼ਿੰਦਗੀ ਮਿਲੀ ਹੈ, ਇਹਦੀ ਕੀ ਅਹਿਮੀਅਤ ਹੈ? ਅਸੀਂ ਸਾਰੇ ਇਹਦੀ ਅਹਿਮੀਅਤ ਇੱਕੋ ਜਿਹੀ ਨਹੀਂ ਸਮਝਦੇ। ਇੱਕ ਸਾਖੀ ਸੁਣੀ ਸੀ ਮੈਂ, ਪੜ੍ਹੀ ਸੀ ਕਿਤੇ, ਕਹਿੰਦੇ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਜਾ ਰਹੇ ਸੀ, ਰਸਤੇ 'ਚੋਂ ਕਿਤੇ ਸਬੱਬੀ ਮਾਲਕ ਦੀ ਲੀਲਾ ਹੈ, ਮਰਦਾਨਾ ਜੀ ਨੂੰ ਕੋਈ ਪੱਥਰ ਦਾ ਟੁਕੜਾ ਥਿਆਇਆ, ਉਹਨਾਂ ਨੂੰ ਉਹ ਆਕਰਸ਼ਿਤ ਕੀਤਾ, ਉਹਨੇ ਚੰਗਾ ਲੱਗਿਆ, ਉਹਨਾਂ ਨੇ ਚੱਕ ਕੇ ਅਤੇ ਹੱਥ 'ਚ ਫੜ ਲਿਆ। ਅਗਾਂਹ ਕਿਤੇ ਜਾ ਕੇ ਇਹ ਪਟਨਾ ਬਣੀ ਨੂੰ ਜਦੋਂ ਜਾਂਦੇ ਸੀ, ਉਦੋਂ ਕਿਤੇ ਰਸਤੇ ਦੀ ਗੱਲ ਹੈ, ਅਤੇ ਉਹ ਗੰਗਾ ਦੇ ਕਿਨਾਰੇ ਕਿਤੇ ਬੈਠੇ ਹੋਵੇ, ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਤੁਸੀਂ ਇੰਨੇ ਲੋਕਾਂ ਨੂੰ ਇੰਨੀ ਤਰ੍ਹਾਂ ਦੀਆਂ ਸਵੇਰ ਤੋਂ ਲੈ ਕੇ ਪ੍ਰਵਚਨ ਕਰਦੇ ਹੋ, ਗੱਲਾਂ ਕਰਦੇ ਹੋ, ਕੀ ਤੁਹਾਨੂੰ ਲੱਗਦਾ ਵੀ ਇਹ ਇਹਨਾਂ ਚੰਗੀਆਂ ਗੱਲਾਂ ਦਾ ਕੋਈ ਫਾਇਦਾ ਉਠਾਉਂਦੇ ਹੋਣਗੇ, ਵੀ ਸਾਰੇ ਤੁਹਾਡੇ ਆਖੇ ਲੱਗਦੇ ਹੋਣਗੇ, ਇਹਨਾਂ ਗੱਲਾਂ ਦੀ ਕੋਈ ਸਹੀ ਕੀਮਤ ਜਾਣਦੇ ਹੋਣਗੇ?
ਕਹਿੰਦੇ ਕੋਈ ਗੱਲ ਨਹੀਂ, ਮਤਲਬ ਦੱਸਾਂਗੇ ਵੇਲੇ ਨਾਲ। ਕਈ ਵਾਰੀ ਮੌਕੇ 'ਤੇ ਜਵਾਬ ਨਹੀਂ ਉਵੇਂ ਦਿੰਦੇ ਸੀ। ਕੁਝ ਦੇਰ ਬਾਅਦ ਉਹ ਭਾਈ ਮਰਦਾਨਾ ਜੀ ਨੂੰ ਕਹਿੰਦੇ ਤੂੰ ਆ ਚਾਹ ਬਾਜ਼ਾਰ ਦੇ ਵਿੱਚ ਅਤੇ ਇਹਦੀ ਵੇਖ ਤਾਂ ਸਹੀ ਆ, ਜਿਹੜੇ ਤੇਰੇ ਹੱਥ 'ਚ ਪੱਥਰ ਹੈ ਇਹਦੀ ਕਿੰਨੀ ਕੁ ਕੀਮਤ ਦਿੰਦਾ ਕੋਈ। ਤਾਂ ਜਿਵੇਂ ਸਾਖੀ ਚੱਲਦੀ ਹੈ ਕਿ ਭਾਈ ਮਰਦਾਨਾ ਜੀ ਕਈ ਲੋਕਾਂ ਕੋਲ ਗਏ, ਭਾਂਤ ਭਾਂਤ ਦੇ ਜਿਹੜਾ ਜਿਨ੍ਹਾਂ ਦੇ ਕੰਮ ਸੀ, ਕੋਈ ਰੇਹੜੀ ਵਾਲਾ ਸੀ, ਸਬਜ਼ੀ ਵਾਲਾ ਸੀ, ਕੋਈ ਕਰਿਆਨੇ ਵਾਲਾ ਸੀ, ਕੋਈ ਮਨਿਆਰੀ ਵਾਲਾ ਸੀ, ਕੋਈ ਕੱਪੜੇ ਵਾਲਾ ਸੀ, ਕੋਈ ਹੋਰ। ਅਤੇ ਉਹ ਕਿਸੇ ਨੂੰ ਪੁੱਛਦੇ ਜਾ ਕੇ ਤੂੰ ਕੀ ਦੇਂਗਾ ਇਹਦਾ, ਕੋਈ ਕਹਿੰਦਾ ਤਾਂ ਕਿਸੇ ਕੰਮ ਦਾ ਨਹੀਂ, ਦੂਜਾ ਕਹਿੰਦਾ ਕੂਆਂ ਫੜ ਦੋ ਮੋਲੀਆਂ ਲੈ ਜਾ ਹੋਰ, ਮੇਰੇ ਤਾਂ ਇਹ ਕਿਸੇ ਕੰਮ ਨਹੀਂ ਰੱਖ ਜਾ। ਤੀਜਾ ਕੋਈ ਕਹਿੰਦਾ ਹੁਣ ਚੱਲ ਮੈਂ ਇਹਦਾ ਵੱਟਾ ਬਣਾ ਦੂੰਗਾ, ਤੂੰ ਆ ਫੜ ਜੇ ਇੰਨਾ ਕੁ ਲੈ ਜਾ, ਆਹ ਮੁੱਠ ਛੋਲਿਆਂ ਦੀ ਲੈ ਜਾ। ਕਰਦੇ ਕਰਦੇ ਅਖੀਰ ਉਹ ਇੱਕ ਜੌਹਰੀ ਕੋਲ ਗਿਆ, ਜਦੋਂ ਜੌਹਰੀ ਕੋਲ ਗਿਆ ਅਤੇ ਉਹਨੇ ਉਹ ਦੇਖ ਕੇ ਆਪਦਾ ਗੱਲਾ ਖੋਲ੍ਹਿਆ ਅਤੇ ਗੱਲੇ ਦੇ ਵਿੱਚ ਜਿੰਨੇ ਪੈਸੇ ਸੀਗੇ ਉਹ ਸਾਰੇ ਉਹਦੇ ਸਾਹਮਣੇ ਰੱਖ ਕੇ ਅਤੇ ਉਹਨੂੰ ਮੱਥਾ ਟੇਕਿਆ ਵੀ ਇਹ ਬਾਬਾ ਜੀ ਸਿਰਫ ਇਹਦੀ ਦਰਸ਼ਨੀ ਭੇਟ ਹੈ, ਕੀਮਤ ਇਹਦੀ ਮੈਂ ਦੇ ਨਹੀਂ ਸਕਦਾ। ਭਾਈ ਮਰਦਾਨਾ ਜੀ ਵਾਪਸ ਜਦੋਂ ਗੁਰੂ ਸਾਹਿਬ ਕੋਲ ਆਏ ਕਹਿੰਦੇ ਆਹ ਗੱਲ ਹੋਈ ਅੱਜ, ਉਹ ਕਹਿੰਦੇ ਭਾਈ ਆਈ ਹੈ ਇਹ ਜ਼ਿੰਦਗੀ ਦੀ ਕੀਮਤ ਜਿਹੜਾ ਕੋਈ ਜਿੰਨੀ ਕੁ ਲਾ ਲਊਗਾ ਉਹਦੇ ਵਾਸਤੇ ਉੰਨੀ ਕੀ ਹੈ। ਇਹ ਰੇਹੜੀ ਵਾਲੇ ਵਾਸਤੇ ਇਹ ਦੋ ਮੂਲੀਆਂ ਜੋ ਗਈ ਸੀ ਪੱਥਰ ਸਬਜ਼ੀ ਵਾਲੇ ਵਾਸਤੇ, ਅਤੇ ਜੌਹਰੀ ਵਾਸਤੇ ਇਹਦੇ ਕੋਲ ਦੇਣ ਨੂੰ ਕੀਮਤ ਹੈਣੀ ਸੀ। ਸੋ ਇਹ ਤਾਂ ਆਪਦੀ ਆਪਦੀ ਸਮਝ ਹੈ ਕਿ ਅਸੀਂ ਇਸ ਜ਼ਿੰਦਗੀ ਨੂੰ ਕਿੰਨਾ ਕੁ ਕੀਮਤੀ ਸਮਝਦੇ ਹਾਂ। ਅਤੇ ਫਿਰ ਜਿਹੜੀ ਚੀਜ਼ ਨੂੰ ਕੀਮਤੀ ਸਮਝਦੇ ਹਾਂ, ਜਿੰਨਾ ਕੁ ਕੀਮਤੀ ਸਮਝਦੇ ਹਾਂ ਉਹਦੇ ਨਾਲ ਉਹੋ ਜਿਹਾ ਹੀ ਵਿਹਾਰ ਕਰਦੇ ਹਾਂ ਅਸੀਂ। ਜਿਹੜੀ ਚੀਜ਼ ਨੂੰ ਜਿੰਨਾ ਕੁ ਕੀਮਤੀ ਸਮਝਦੇ ਹਾਂ ਉਹਨੂੰ ਉਵੇਂ ਜਿਹੀ ਵਰਤਦੇ ਹਾਂ। ਤਾਂ ਹੀ ਤਾਂ ਕਈ ਚੀਜ਼ਾਂ ਫੁੱਟਪਾਥ 'ਤੇ ਵਿਕੀ ਜਾਂਦੀਆਂ ਅਤੇ ਕਈ ਚੀਜ਼ਾਂ ਲੋਕਰਾਂ 'ਚ ਪਈਆਂ ਬੰਦ। ਹੀਰੇ ਜਵਾਹਰਾਤ ਮੋਤੀ ਜੇ ਸੁਨਿਆਰਿਆਂ ਕੋਲ ਜਾਈਏ, ਉਹ ਬਾਹਰ ਤਾਂ ਉਹਨਾਂ ਨੇ ਵਿਖਾਉਣ ਨੂੰ ਤਾਂ ਡੁਪਲੀਕੇਟ ਰੱਖੇ ਹੁੰਦੇ, ਅਸਲੀ ਤਾਂ ਉਹਨਾਂ ਦੇ ਲੋਕਰ 'ਚ ਪਏ ਹੁੰਦੇ ਆ। ਅਤੇ ਕੁਛ ਚੀਜ਼ਾਂ ਆਪਾਂ ਵੇਖਦੇ ਹਾਂ ਲੋਕ ਫੁੱਟਪਾਥ 'ਤੇ ਰੱਖ ਕੇ ਵੇਚੀ ਜਾਂਦੇ ਹੁੰਦੇ ਆ। ਸੋ ਕੀਮਤ ਦਾ ਫਰਕ ਹੈ। ਇੱਕ ਕਿਤਾਬ ਹੈ ਉਹਦੀ ਕੀਮਤ ਰੱਦੀ ਵਾਲੇ ਵਾਸਤੇ ਕੁਛ ਹੋਰ ਹੋਊਗੀ ਅਤੇ ਪੜ੍ਹਨ ਵਾਲੇ ਬੱਚੇ ਵਾਸਤੇ ਕੁਛ ਹੋਰ ਹੋਊਗੀ। ਹੁਣ ਇਹ ਜਿਹੜਾ ਸਾਨੂੰ ਜੀਵਨ ਮਿਲਿਆ, ਗੁਰਬਾਣੀ ਦਾ ਫਰਮਾਨ ਹੈ ਕਬੀਰ ਮਾਨਸ ਜਨਮ ਦੁਲੰਬ ਹੈ। ਇਹ ਜਿਹੜਾ ਮਨੁੱਖਾ ਜੀਵਨ ਹੈ, ਕਬੀਰ ਸਾਹਿਬ ਗੁਰਬਾਣੀ 'ਚ ਫਰਮਾਉਂਦੇ ਆ, ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਕਹਿੰਦੇ ਇਹ ਦੁਲੰਬ ਹੈ, ਵਾਰੀ ਵਾਰੀ ਨਹੀਂ ਮਿਲਦਾ, ਬੇਸ਼ਕੀਮਤੀ ਹੈ। ਹੁਣ ਇਹ ਇੰਨਾ ਜ਼ਿਆਦਾ ਕੀਮਤੀ ਹੈ ਤਾਂ ਫਿਰ ਇਹਨੂੰ ਓਨਾ ਹੀ ਜ਼ਿਆਦਾ ਸੰਭਾਲ ਕੇ ਰੱਖਣ ਦੀ, ਓਨਾ ਵਧੀਆ ਤਰੀਕੇ ਨਾਲ ਵਰਤਣ ਦੀ ਲੋੜ ਹੈ। ਕਿੰਨਾ ਕੁ ਕੀਮਤੀ ਹੈ ਇਹ? ਕਹਿੰਦੇ ਪਰਮਾਤਮਾ ਨੇ ਮਨੁੱਖ ਨੂੰ ਆਪਦੇ ਵਰਗਾ ਬਣਾਇਆ, ਆਪਦੇ ਵਰਗਾ। ਆਪਾਂ ਕਹਿੰਦੇ ਹਾਂ ਬੰਦੇ 'ਚ ਅਤੇ ਬੁੱਤ 'ਚ ਕੀ ਫਰਕ ਹੈ? ਬੁੱਤ ਇੱਕ ਥਾਂ 'ਤੇ ਖੜ੍ਹਾ, ਤੁਰ ਫਿਰ ਨਹੀਂ ਸਕਦਾ, ਹਿਲਜੁਲ ਨਹੀਂ ਸਕਦਾ, ਸੋਚ ਨਹੀਂ ਸਕਦਾ, ਬੋਲ ਨਹੀਂ ਸਕਦਾ, ਉਹ ਤਾਂ ਬੁੱਤ ਹੈ, ਬੰਦਾ ਸਭ ਕੁਛ ਕਰ ਸਕਦਾ, ਚਲੋ ਮੰਨਿਆ। ਪਰ ਫਿਰ ਬੰਦੇ 'ਚ ਅਤੇ ਪਸ਼ੂ 'ਚ ਕੀ ਫਰਕ ਹੈ? ਉਹ ਤਾਂ ਤੁਰ ਫਿਰ ਵੀ ਸਕਦਾ, ਖਾ ਪੀ ਵੀ ਸਕਦਾ, ਬੱਚੇ ਵੀ ਦਿੰਦਾ, ਬੋਲਦਾ ਵੀ ਹੈ, ਸੁਣਦਾ ਵੀ ਹੈ। ਜੇ ਸੋਚੀਏ ਤਾਂ ਫਿਰ ਬੰਦੇ 'ਚ ਅਤੇ ਪਸ਼ੂ 'ਚ ਕੀ ਫਰਕ ਹੋਇਆ? ਸਾਰੇ ਕੰਮ ਉਹ ਵੀ ਕਰਦਾ, ਉਹ ਵੀ ਕਰਦਾ।
ਪਸ਼ੂਆਂ ਦਾ ਚੱਕਰ ਇਹ ਹੈ ਕਿ ਪਸ਼ੂਆਂ ਦੀ ਜਿਹੜੀ ਬੁੱਧੀ ਹੈ ਨਾ ਉਹ ਇੱਕ ਥਾਂ ਤੇ ਆ ਕੇ ਬਲੌਕ ਹੋ ਜਾਂਦੀ ਹੈ। ਇੱਕ ਤਾਂ ਇਹ ਕਿ ਉਹ ਆਪਦੀ ਸਿਰਫ ਸਿਰਫ ਤੇ ਸਿਰਫ ਆਪਦੀ ਭੁੱਖ ਤੇ ਬਾਰੇ ਜਾਣਦੇ ਆ, ਆਪਦੀ ਭੁੱਖ ਤੇ ਬਾਰੇ ਹੀ ਫਿਕਰਮੰਦ ਹੁੰਦੇ, ਆਪਦੀ ਭੁੱਖ ਤੇ ਬਾਰੇ ਹੀ ਸੋਚਦੇ ਆ। ਜੇ ਭੁੱਖ ਲੱਗੀ ਹੈ ਤਾਂ ਖੁਰਲੀ ਜਾ ਕੇ ਕੁਛ ਚੜ ਲਿਆ, ਜੇ ਤੇਹ ਲੱਗੀ ਹੈ ਤਾਂ ਜਾ ਕੇ ਪਾਣੀ ਪੀ ਲਿਆ, ਜੇ ਧੁੱਪ ਲੱਗਦੀ ਹੈ ਤਾਂ ਛਾਵੇਂ ਬਹਿ ਗਏ, ਜੇ ਠੰਡ ਲੱਗਦੀ ਤਾਂ ਧੁੱਪੇ ਹੋ ਕੇ ਬਹਿ ਗਏ। ਹਾਂ, ਆਪਦੀ ਕੱਟੀ ਵੱਛੀ ਕੋਈ ਹੈਗੀ ਹੈ ਤਾਂ ਮੱਝ ਚੰਘਾ ਲੂਗੀ, ਗਾਂ ਚੰਘਾ ਲੂਗੀ, ਦੂਜੀ ਨੂੰ ਨੇੜੇ ਨਹੀਂ ਆਉਣ ਦਿੰਦੀ। ਆਪਦੇ ਬੱਚਿਆਂ ਨੂੰ ਪਿਆਰ ਕਰਦੇ, ਦੂਜਿਆਂ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ। ਆਪਦਾ ਫਿਕਰ ਹੈ, ਆਪਦੇ ਬੱਚਿਆਂ ਦਾ ਫਿਕਰ ਹੈ। ਹੁਣ ਜਿੰਨੀ ਮਨੁੱਖਤਾ, ਮੈਂ ਕਹਿੰਦਾ 90% ਮਨੁੱਖਤਾ ਇਸੇ ਤਲ 'ਤੇ ਜਿਉਂ ਰਹੀ ਹੈ ਪਸ਼ੂਆਂ ਦੇ ਲੈਵਲ 'ਤੇ, ਕਿਉਂਕਿ ਜਿਹੜੇ ਬੰਦੇ ਨੂੰ ਆਪਦਾ ਫਿਕਰ ਹੈ, ਆਪਦੇ ਪਰਿਵਾਰ ਦਾ ਫਿਕਰ ਹੈ, ਆਪਦੇ ਅਹੁਦੇ ਦਾ ਫਿਕਰ ਹੈ, ਆਪਦੀ ਟੌਹਰ ਦਾ ਫਿਕਰ ਹੈ, ਆਪਦੇ ਜਵਾਕਾਂ ਦਾ ਫਿਕਰ ਹੈ, ਮੇਰਾ ਆਹ ਘਰ ਹੋਣਾ ਚਾਹੀਦਾ, ਮੇਰੀ ਆਹ ਕਾਰ ਹੋਣੀ ਚਾਹੀਦੀ ਹੈ, ਮੇਰਾ ਅਹੁਦਾ ਹੋਣਾ ਚਾਹੀਦਾ, ਮੇਰੇ ਕੋਲ ਇੰਨਾ ਪੈਸਾ ਹੋਣਾ ਚਾਹੀਦਾ, ਮੇਰੇ ਕੋਲ ਮੈਂ ਹੋਏਗੀ, ਉਹ ਕੀ ਕਹਾਂਗੇ ਆਪਾਂ ਉਹਨੂੰ? ਉਹਦਾ ਤੇ ਪਸ਼ੂਆਂ ਦਾ ਕੀ ਫਰਕ ਹੈ? ਕਿਉਂਕਿ ਜਿਹੜੇ ਕੰਮ ਉਹ ਕਰੀ ਜਾਂਦਾ ਉਹ ਤਾਂ ਪਸ਼ੂ ਵੀ ਕਰੀ ਜਾਂਦੇ ਆ। ਪਸ਼ੂ ਜਿਹੜੇ ਹੈ ਉਹ ਆਪਦਾ ਸੁਭਾਅ ਬਦਲ ਨਹੀਂ ਸਕਦੇ। ਸਦੀਆਂ ਤੋਂ, ਯੁੱਗਾਂ ਤੋਂ ਆਪਾਂ ਸੁਣਦੇ ਆਉਂਦੇ ਹਾਂ, ਪੁਰਾਣੀਆਂ ਤੋਂ ਪੁਰਾਣੀਆਂ ਕਹਾਣੀਆਂ ਕੱਢ ਲਓ, ਕਹਿੰਦੇ ਸ਼ੇਰ ਜੰਗਲ ਦਾ ਰਾਜਾ ਹੈ। ਅੱਜ ਨਵੀਆਂ ਕਹਾਣੀਆਂ ਜੇ ਕੋਈ ਬੱਚੇ ਲਈ ਲਿਖੀਆਂ ਜਾਣਗੀਆਂ ਉਹਦੇ 'ਚ ਵੀ ਲਿਖਿਆ ਜਾਊ ਸ਼ੇਰ ਜੰਗਲ ਦਾ ਰਾਜਾ ਸੀ। ਇੱਕ ਸ਼ੇਰ ਸੀ, ਉਹ ਜੰਗਲ ਦਾ ਰਾਜਾ ਸੀ, ਉਹ ਆਏ ਸੀ, ਉਹ ਸੀ। ਉਹਨਾਂ ਦੇ ਸੁਭਾਅ ਜੁੜੇ ਹੋਏ ਹੈ ਆਪਦੇ, ਉਹਨਾਂ ਦੇ ਨਾਲ ਉਹ ਬੱਚੇ ਹੋਏ ਆ ਸੁਭਾਅ ਦੇ ਨਾਲ। ਕਹਾਣੀਆਂ ਹੈ, ਅੱਜ ਵੀ ਕਹਾਣੀ ਆਉਂਦੀ ਲਾਲਚੀ ਕੁੱਤਾ, ਲਾਲਚੀ ਦੇ ਨਾਲ ਅੱਗੇ ਕੁੱਤੇ ਦੀ ਕਹਾਣੀ ਆਉਂਦੀ ਹੈ, ਕਦੇ ਲਾਲਚੀ ਸ਼ੇਰ ਦੀ ਕਹਾਣੀ ਨਹੀਂ ਲਿਖੀ ਕਿਸੇ ਨੇ, ਲਾਲਚੀ ਕੁੱਤਾ। ਡਰਪੋਕ ਗਿੱਦੜ ਹੁੰਦਾ, ਸਦੀਆਂ ਤੋਂ ਡਰਪੋਕ ਹੀ ਆ ਉਹ, ਕਦੇ ਨਹੀਂ ਹੋਇਆ ਵੀ ਅੱਜ ਕੱਲ੍ਹ ਗਿੱਦੜ ਦਲੇਰ ਹੋ ਗਏ। ਕਦੇ ਕਿਸੇ ਨੇ ਕਹਾਣੀ ਨਹੀਂ ਲਿਖੀ ਵੀ ਇੱਕ ਜੰਗਲ ਦਾ ਰਾਜਾ ਸੀ ਕੁੱਤਾ, ਕਿਉਂਕਿ ਕੁੱਤਾ ਦਾ ਸੁਭਾਅ ਨਹੀਂ ਬਦਲ ਸਕਦਾ। ਜਿੱਦਾਂ ਕੁੱਤੇ ਦਾ ਸੁਭਾਅ ਸ਼ੇਰਾਂ ਵਰਗਾ ਹੋ ਗਿਆ ਨਾ, ਉਦਾਂ ਕੁੱਤੇ ਦਾ ਰਾਜ ਵੀ ਆਜੂਗਾ ਜੰਗਲ 'ਚ। ਅਤੇ ਸ਼ੇਰ ਵੀ ਆਪਦਾ ਸੁਭਾਅ ਨਹੀਂ ਬਦਲ ਸਕਦਾ, ਤਾਂ ਹੀ ਉਹ ਜੰਗਲ ਦਾ ਰਾਜਾ ਚੱਲਿਆ ਆਉਂਦਾ। ਜਿੱਦਾਂ ਕਿਤੇ ਉਹ ਕੁੱਤਿਆਂ ਵਾਲੇ ਸੁਭਾਅ 'ਤੇ ਆ ਗਿਆ, ਉਹਦੇ ਨਾਲ ਵੀ ਕੁੱਤੇ ਖਾਣੀ ਹੋਊਗੀ, ਫਿਰ ਉਹ ਰਾਜਾ ਨਹੀਂ ਰਹਿਣਾ। ਸਦੀਆਂ ਤੋਂ ਉਹ ਮਾਸ ਖਾਂਦੇ ਆ ਰਹੇ, ਅੱਜ ਵੀ ਮਾਸ ਹੀ ਖਾ ਰਿਹਾ ਸ਼ੇਰ। ਕਦੇ ਨਹੀਂ ਆਪਾਂ ਸੁਣਿਆ ਵੀ ਹੁਣ ਉਹਨੇ ਤਰੀਕਾ ਬਦਲ ਲਿਆ ਆਪਦਾ, ਹੁਣ ਉਹ ਮਾਸ ਨੂੰ ਭੁੰਨ ਕੇ ਖਾਣ ਲੱਗ ਪਿਆ, ਜਾਂ ਹੁਣ ਉਹ ਵਿਆਹ ਵੀ ਖਾ ਲੈਂਦਾ, ਪਹਿਲਾਂ ਵਿਆਹ ਨਹੀਂ ਖਾਂਦਾ ਹੁੰਦਾ ਸੀ, ਜਾਂ ਕਿਸੇ ਦਾ ਮਾਰਿਆ ਵੀ ਖਾ ਲੈਂਦਾ, ਪਹਿਲਾਂ ਆਪ ਮਾਰ ਕੇ ਖਾਂਦਾ ਸੀ। ਨਹੀਂ, ਉਹੀ ਆਦਤਾਂ ਉਹਦੀਆਂ ਜਿਹੜੀਆਂ ਸ਼ੁਰੂ ਤੋਂ ਸੀ। ਬੱਕਰੀਆਂ ਸ਼ੁਰੂ ਤੋਂ ਘਾਹ ਚਰਦੀਆਂ, ਘਾਹ ਹੀ ਚਰਦੀਆਂ ਆ ਰਹੀਆਂ, ਕਦੇ ਉਹਨਾਂ ਨੇ ਚੈੱਕ ਹੀ ਨਹੀਂ ਕੀਤਾ ਵੀ ਨੌਨ ਵੈਜ ਕਿਹੋ ਜਿਹਾ ਹੁੰਦਾ। ਕਹਿਣ ਦਾ ਮਤਲਬ, ਪਸ਼ੂ ਜਿਹੜੇ ਹੈ ਉਹ ਉਹਨਾਂ ਨੂੰ ਜਿਸ ਤਰ੍ਹਾਂ ਦੇ ਸੈਟਅਪ ਦੇ ਵਿੱਚ, ਜਿਸ ਤਰ੍ਹਾਂ ਦੇ ਫਰੇਮ 'ਚ ਪਰਮਾਤਮਾ ਨੇ ਪਾ ਤਾ, ਉਸ 'ਚੋਂ ਬਾਹਰ ਨਿਕਲ ਨਹੀਂ ਸਕਦੇ। ਲੇਕਿਨ ਮਨੁੱਖ ਨੂੰ ਉਹਨੇ ਆਪਦੇ ਵਰਗਾ ਬਣਾਇਆ, ਕਿਵੇਂ? ਬਹੁਤ ਤੀਖਣ ਬੁੱਧੀ ਦਿੱਤੀ ਆ ਉਹਨੇ, ਸੋਚਣ ਸ਼ਕਤੀ ਦਿੱਤੀ ਹੈ, ਫੈਸਲਾ ਕਰਨ ਦੀ ਪਾਵਰ ਦਿੱਤੀ ਹੈ, ਚੁਣਨ ਦੀ ਸ਼ਕਤੀ ਦਿੱਤੀ ਹੈ ਕਿ ਤੁਸੀਂ ਚੁਣ ਸਕਦੇ ਹੋ, ਤੁਸੀਂ ਚੁਣ ਸਕਦੇ ਹੋ ਤੁਸੀਂ ਵੈਜ ਖਾਣਾ ਹੈ ਕਿ ਨੌਨ ਵੈਜ ਖਾਣਾ ਹੈ, ਮਾਸ ਖਾਣਾ ਹੈ ਕਿ ਸਾਗ ਖਾਣਾ ਹੈ, ਤੁਸੀਂ ਚੁਣ ਸਕਦੇ ਹੋ। ਪਰ ਇੱਕ ਗੱਲ ਇਹ ਵੀ ਹੈ, ਆਪਾਂ ਆਮ ਦੁਨੀਆਂ 'ਚ ਵੀ ਵੇਹਨੇ ਹਾਂ, ਜਿਹਨੂੰ ਜਿੰਨੀਆਂ ਪਾਵਰਾਂ ਦਿੱਤੀਆਂ ਜਾਂਦੀਆਂ ਨਾ, ਉਹਦੀਆਂ ਉਨੀਆਂ ਜ਼ਿਆਦਾ ਜ਼ਿੰਮੇਵਾਰੀਆਂ ਵੀ ਹੋ ਜਾਂਦੀਆਂ।
ਤੇ ਜਿਹੜਾ ਜ਼ਿੰਮੇਵਾਰੀਆਂ ਨਾ ਸਮਝੇ ਬਾਹਲਾ ਚਿਰ ਉਹਦੇ ਕੋਲ ਪਾਵਰਾਂ ਰਹਿੰਦੀਆਂ ਨਹੀਂ, ਇਕੱਲੀਆਂ ਪਾਵਰਾਂ ਨਹੀਂ ਰਹਿੰਦੀਆਂ। ਜੇ ਕਿਸੇ ਨੂੰ ਜ਼ਿੰਮੇਵਾਰੀਆਂ ਸਮਝਦਾ ਜੇ ਕੋਈ ਤਾਂ ਉਹਦੇ ਕੋਲ ਅਧਿਕਾਰ ਵੀ ਹੁੰਦੇ ਹੈ, ਪਰ ਜਿਹੜਾ ਕੋਈ ਅਧਿਕਾਰ ਹੋਵੇ ਉਹਦੇ ਕੋਲ ਤਾਂ ਜ਼ਿੰਮੇਵਾਰੀ ਸਮਝਣੋਂ ਹਟ ਜੇ ਉਹਦੇ ਕੋਲ ਅਧਿਕਾਰ ਬਾਹਲਾ ਚਿਰ ਰਹਿੰਦੇ ਨਹੀਂ। ਜਿਹੜੀ ਆਜ਼ਾਦੀ ਹੈ ਇਹ ਜ਼ਿੰਮੇਵਾਰੀਆਂ ਦੇ ਨਾਲ ਹੀ ਚੱਲਦੀ ਹੈ, ਜਿੱਥੇ ਜ਼ਿੰਮੇਵਾਰੀਆਂ ਖਤਮ ਹੋ ਜਾਂਦੀਆਂ ਉੱਥੇ ਆਜ਼ਾਦੀ ਗੁਲਾਮੀ 'ਚ ਬਦਲ ਜਾਂਦੀ ਹੈ, ਫਿਰ ਉਹ ਆਜ਼ਾਦੀ ਰਹਿੰਦੀ ਨਹੀਂ। ਹੁਣ ਇਸ 'ਚ ਇੱਕ ਤੱਥ ਨਿਕਲ ਕੇ ਆਉਂਦਾ, ਕਹਿੰਦੇ ਠੀਕ ਹੈ ਅਸੀਂ ਚੁਣਨ ਦਾ ਅਸੀਂ ਹੱਕ ਰੱਖਦੇ ਹਾਂ, ਪਰਮਾਤਮਾ ਨੇ ਸਾਨੂੰ ਚੋਣ ਦਾ ਹੱਕ ਦਿੱਤਾ ਹੈ ਕਿ ਤੂੰ ਚੁਣ ਸਕਦਾ, ਇਸ ਵੇਲੇ ਮੈਂ ਕੀ ਬੋਲਣਾ ਮੈਂ ਚੁਣ ਸਕਦਾ, ਕਿਸੇ ਨੇ ਕਿਸੇ ਵੇਲੇ ਕੀ ਕੰਮ ਕਰਨਾ ਉਹ ਚੁਣ ਸਕਦਾ, ਪਰ ਜਿਹੜਾ ਵੀ ਉਹਨੇ ਚੁਣਿਆ ਹੈ ਨਾ, ਜਿਹੜਾ ਰਾਹ ਵੀ ਉਹਨੇ ਚੁਣਿਆ ਹੈ ਉਹਦੇ ਜਿਹੜੇ ਪ੍ਰਭਾਵ ਪੈਣੇ ਆ ਉਹਨਾਂ ਤੋਂ ਪਾਸੇ ਨਹੀਂ ਹੋ ਸਕਦਾ। ਇੱਕ ਸਿੰਪਲ ਜਿਹਾ ਉਦਾਹਰਨ ਦੇਵਾਂ ਮੈਂ, ਵੀ ਮੈਂ ਅੱਗ 'ਚ ਹੱਥ ਪਾ ਸਕਦਾ ਜੇ ਪਾਉਣਾ ਚਾਹਵਾਂ ਤਾਂ, ਆ ਬਿਜਲੀ ਵਾਲੀ ਤਾਰ ਹੈ ਇਹਨੂੰ ਮੈਂ ਨੰਗੀ ਨੂੰ ਹੱਥ ਲਾ ਸਕਦਾ, ਮੇਰੇ ਕੋਲ ਮੈਂ ਚੁਣ ਸਕਦਾ ਇਹ ਕੰਮ, ਪਰ ਜੇ ਮੈਂ ਇਹ ਕਹਾਂ ਕਿ ਮੈਂ ਅੱਗ 'ਚ ਹੱਥ ਤਾਂ ਪਾਊਂਗਾ ਪਰ ਮੇਰਾ ਹੱਥ ਮੱਚੇ ਨਾ, ਇਹ ਨਹੀਂ ਹੋ ਸਕਦਾ। ਅਸੀਂ ਚੁਣਨ ਲਈ ਤਾਂ ਆਜ਼ਾਦ ਹੈਗੇ ਹਾਂ ਪਰ ਚੋਣ ਦੇ ਪ੍ਰਭਾਵ ਤੋਂ ਆਜ਼ਾਦ ਨਹੀਂ ਹਾਂ। ਇਸੇ ਕਰਕੇ ਗੁਰਬਾਣੀ ਕਹਿੰਦੀ ਹੈ ਨਾ, ਐਸਾ ਕੰਮ ਮੋਲੇ ਨਾ ਕੀਚੈ ਜਿਤ ਅੰਤ ਬਛੋਤ ਆਈ ਹੈ। ਪਹਿਲਾਂ ਸੋਚ ਲਾ ਨਾ ਵੀ ਇਹਦਾ ਪ੍ਰਭਾਵ ਕੀ ਪਊਗਾ, ਤੂੰ ਐਸਰਾ ਤੁਰਿਆ ਤਾਂ ਜਾਂਦਾ, ਪਹਿਲਾਂ ਵੇਖ ਲਾ ਚੰਗੀ ਤਰ੍ਹਾਂ, ਅੱਗੋਂ ਬੰਦ ਹੋਇਆ ਤੈਨੂੰ ਫਿਰ ਮੁੜ ਕੇ ਆਉਣਾ ਪਊ, ਕਿੰਨਾ ਚੱਕਰ ਪੈ ਜੂ। ਤੂੰ ਐਸਰਾ ਜਾਂਦਾ ਤਾਂ ਹੈ, ਅੱਗੇ ਟੋਏ ਹੈ ਚਿੱਕੜ ਹੈ, ਤੈਨੂੰ ਦੱਸਿਆ ਵੀ ਸੀ ਉਹਨੇ, ਫਿਰ ਵੀ ਤੁਰਿਆ ਜਾਂਦਾ, ਫਿਰ ਅੱਗੇ ਜਾ ਕੇ ਫਿਰ ਨਾ ਕਿਸੇ ਨੂੰ ਆਖੀ ਵੀ ਮੈਂ ਤਾਂ ਫਸ ਗਿਆ। ਯਾਨੀ ਐਸਾ ਕੰਮ ਮੋਲੇ ਨਾ ਕੀਚੈ ਜਿਤ ਅੰਤ ਪਛੋਤ ਆਈ ਹੈ, ਕਿਉਂਕਿ ਤੂੰ ਚੁਣ ਲਿਆ ਜੋ ਉਹ ਤੇਰੀ ਮਰਜ਼ੀ ਹੈ, ਪਰ ਜਿਹੜਾ ਰਾਹ ਚੁਣਿਆ ਉਹਦੇ 'ਤੇ ਜੋ ਹੋਣਾ ਉਹ ਤਾਂ ਹੋ ਕੇ ਹੀ ਰਹਿਣਾ, ਹੁਣ ਤੇਰੀ ਚੋਣ 'ਤੇ ਡਿਪੈਂਡ ਕਰਦਾ। ਇੱਕ ਫਿਲਮ ਦੇਖੀ ਪਿੱਛੇ ਜੀ, ਉਹਦੇ 'ਚ ਇੱਕ ਪ੍ਰੋਫੈਸਰ ਆਪਦੇ ਬੱਚੇ ਨੂੰ ਕਹਿੰਦਾ, ਸਟੂਡੈਂਟ ਨੂੰ ਕਹਿੰਦਾ, ਕਹਿੰਦਾ ਭਾਈ ਕਾਕਾ ਇਹ ਤੇਰੀ ਕਾਬਲੀਅਤ ਨਹੀਂ, ਨਾ ਸਾਡੀ ਕਾਬਲੀਅਤ ਅਤੇ ਨਾ ਸਾਨੂੰ ਮਿਲਦੇ ਮੌਕੇ, ਬਲਕਿ ਸਾਡੀ ਚੋਣ ਫੈਸਲਾ ਕਰਦੀ ਸਾਡਾ ਭਵਿੱਖ ਕਿਹੋ ਜਿਹਾ ਹੋਊਗਾ। ਬਥੇਰੇ ਕਾਬਲ ਬੰਦੇ ਆਪਦੇ ਵਰਤਮਾਨ ਨੂੰ ਰੋਈ ਜਾਂਦੇ, ਉਹਨਾਂ ਤੋਂ ਆਪਦਾ ਭਵਿੱਖ ਨਹੀਂ ਬਣਾਇਆ ਗਿਆ। ਬਥੇਰੇ ਬੰਦੇ ਕਾਬਲ ਸੀ, ਮੌਕੇ ਵੀ ਬੜੇ ਮਿਲੇ, ਪਰ ਮੌਕੇ ਉਹਨਾਂ ਨੇ ਚੁਣੇ ਨਹੀਂ, ਉਹ ਆਈ ਲੰਘ ਗਏ ਇੱਥੋਂ, ਅੱਜ ਬੈਠੇ ਉਹਨਾਂ ਨੂੰ ਯਾਦ ਕਰਦੇ, ਯਾਰ ਫਲਾਣੇ ਵੇਲੇ ਆਹ ਕੀਤਾ ਹੁੰਦਾ ਨਾ ਐਂ ਕਰ ਲੈਂਦੇ, ਫਲਾਣੇ ਵੇਲੇ ਆਹ ਨਾ ਨਾ ਕੀਤਾ ਹੁੰਦਾ ਅੱਜ ਪਛਤਾਉਣਾ ਨਾ ਪੈਂਦਾ। ਯਾਨੀ ਕਾਬਲੀਅਤ ਨਹੀਂ ਕੁਛ ਕਰਦੀ, ਮਿਲਦੇ ਹੋਏ ਮੌਕੇ ਨਹੀਂ ਕੁਛ ਕਰਦੇ, ਜੇ ਸਹੀ ਸਮੇਂ 'ਤੇ ਸਹੀ ਚੋਣ ਨਾ ਕੀਤੀ ਜਾਵੇ। ਤੁਸੀਂ ਕਾਬਲ ਹੋ, ਤੁਹਾਨੂੰ ਮੌਕਾ ਮਿਲਿਆ ਅਤੇ ਤੁਸੀਂ ਮੂੰਹ ਪਰਾਂ ਕਰ ਲਓ ਤਾਂ ਫਿਰ ਕੀ ਫਾਇਦਾ ਤੁਹਾਡੀ ਕਾਬਲੀਅਤ ਦਾ ਅਤੇ ਕੀ ਫਾਇਦਾ ਤੁਹਾਡੇ ਮਿਲੇ ਮੌਕੇ ਦਾ। ਸੋ ਸਹੀ ਮੌਕੇ 'ਤੇ ਸਹੀ ਚੋਣ ਕਰਨੀ ਹੈ ਨਾ ਜਿਹੜੀ, ਉਹ ਸਭ ਤੋਂ ਅਹਿਮ ਗੱਲ ਹੈ। ਅਸੀਂ ਜਿੱਤੋਂ ਸਾਨੂੰ ਪਰਮਾਤਮਾ ਨੇ ਇੰਨੀ ਤੀਖਣ ਬੁੱਧੀ ਦਿੱਤੀ ਹੈ, ਸੋਚਣ ਦਾ ਅਧਿਕਾਰ ਦਿੱਤਾ, ਚੁਣਨ ਦਾ ਅਧਿਕਾਰ ਦਿੱਤਾ, ਸਾਨੂੰ ਇੰਨੀ ਆਜ਼ਾਦੀ ਦਿੱਤੀ ਹੈ, ਉੱਥੇ ਸਾਨੂੰ ਜ਼ਿੰਮੇਵਾਰ ਵੀ ਬਣਾਇਆ, ਅਸੀਂ ਆਪਦੀ ਜ਼ਿੰਦਗੀ ਦੇ ਹਰ ਪਲ ਦੇ ਲਈ ਜ਼ਿੰਮੇਵਾਰ ਹਾਂ। ਅਸੀਂ ਲੇਖਾ ਕਹਿੰਦੇ ਨਾ, ਲੇਖਾ ਦੇਣਾ, ਅਸੀਂ ਹਰ ਪਲ ਦਾ ਲੇਖਾ ਦੇਣਾ। ਲੇਖਾ ਕਿਹਨੂੰ ਦੇਣਾ? ਆਪਦੇ ਆਪ ਨੂੰ ਹੀ ਦੇਣਾ ਇੱਕ ਹਿਸਾਬ ਨਾਲ।
ਕਿਉਂਕਿ ਪੁੱਠਾ ਕਰਾਂਗੇ ਤਾਂ ਫਿਰ ਪਛੋਤਾਈਏ ਵਾਲੀ ਗੱਲ ਆ ਹੀ ਜਾਣੀ। ਆ ਕਿਸੇ ਦੇ ਗਲਤ ਕੀਤੇ ਕੰਮ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਕਿਸੇ ਦੇ ਚੰਗੇ ਕੰਮ ਨਾਲ ਸ਼ਾਇਦ ਕਿਸੇ ਦਾ ਫਾਇਦਾ ਵੀ ਨਹੀਂ ਹੁੰਦਾ। ਕਹਿੰਦੇ ਆਪੇ ਬੀਜ ਆਪੇ ਹੀ ਖਾਓ, ਜਪਜੀ ਸਾਹਿਬ ਚ ਆਪਾਂ ਪੜ੍ਹਦੇ ਹਾਂ ਆਪੇ ਬੀਜ, ਗੁਰੂ ਨਾਨਕ ਸਾਹਿਬ ਨੇ ਲਿਖਿਆ ਆਪੇ ਬੀਜ ਆਪੇ ਹੀ ਖਾਓ। ਤੂੰ ਬੀਜ ਸਕਦਾ ਬੰਦਿਆ, ਤੂੰ ਚੰਗੇ ਕਰਮ ਬੀਜ, ਚੰਗੀ ਸੋਚ ਪਾ ਆਪਦੇ ਮਨ ਚ, ਚੰਗੀ ਸੋਚ ਨੂੰ ਗ੍ਰਹਿਣ ਕਰ, ਚੰਗੀ ਸੋਚ ਚੋਂ ਤੇਰੇ ਚੰਗੇ ਕਰਮ ਨਿਕਲਣਗੇ। ਜਦੋਂ ਤੂੰ ਚੰਗੇ ਕੰਮ ਕਰੇਂਗਾ ਚੰਗੀ ਸੋਚ ਦੇ ਰਾਹੀਂ ਤਾਂ ਉਹ ਜਿਹੜੇ ਚੰਗੇ ਕਰਮ ਬੀਜੇਗਾ, ਜਿਵੇਂ ਇੱਕ ਦਾਣਾ ਆਪਾਂ ਕਣਕ ਦਾ ਬੀਜਦੇ ਹਾਂ ਤੇ ਸਿੱਟੇ 'ਚ ਪਤਾ ਨਹੀਂ ਕਿੰਨੇ ਲੱਗੇ ਹੁੰਦੇ ਆ, ਕਈ ਗੁਣਾ ਹੋ ਕੇ ਚੰਗਿਆਈਆਂ ਤੇਰੇ ਵਾਲੀ ਵਾਪਸ ਆਉਣਗੀਆਂ, ਤੈਨੂੰ ਮਿਲਣਗੀਆਂ। ਇੱਕ ਸਿੱਟਾ ਬੀਜ, ਇੱਕ ਦਾਣਾ ਬੀਜਿਆ ਤਾਂ ਕਿੰਨੇ ਦਾਣੇ ਵਾਪਸ ਆਏਗੇ ਤੇਰੇ ਕੋਲ। ਸੋ ਜੇ ਇਹੋ ਜਿਹਾ ਬੀਜੇਗਾ ਉਹੋ ਜਿਹਾ ਹੀ ਵੱਢੇਗਾ। ਤੂੰ ਬੀਜ ਸਕਦਾ ਆਪੇ ਬੀਜ, ਬੀਜ ਸਕਦਾ। ਲੇਖਾਂ ਦੀ ਗੱਲ ਛੱਡ ਦੇ, ਆਹ ਤਾਂ ਲਿਖਿਆ ਹੀ ਸੀ, ਇਹ ਤਾਂ ਹੋਣਾ ਹੀ ਸੀ, ਨਹੀਂ ਕੁਛ ਹੀ ਇਹੋ ਜਿਹੀ ਗੱਲ ਨਹੀਂ ਗੀ। ਤੈਨੂੰ ਸੋਚਣ ਦੀ ਸ਼ਕਤੀ ਦਿੱਤੀ ਹੈ, ਹੁਣ ਬਹਾਨੇ ਨਾ ਲੱਭ, ਕਿਸੇ ਦੇ ਸਿਰ ਨਾ ਮੜ। ਤੂੰ ਉਸ ਵੇਲੇ ਚੁਕੰਨਾ ਹੋਣਾ ਸੀ, ਉਸ ਵੇਲੇ ਜਾਗਰੂਕ ਹੋਣਾ ਸੀ ਕਿ ਜੋ ਮੈਂ ਕਰ ਰਿਹਾ ਕਿਸੇ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ, ਜਾਂ ਜੋ ਮੈਂ ਕਰ ਰਿਹਾ ਸਾਰਿਆਂ ਦਾ ਫਾਇਦਾ ਹੋ ਰਿਹਾ ਕਿ ਨਹੀਂ ਹੋ ਰਿਹਾ। ਸੋ ਜਿਹੋ ਜਿਹਾ ਬੀਜੇਗਾ ਬੀਜ ਸਕਦਾ। ਹੁਣ ਬੀਜਣ ਵੇਲੇ ਧਿਆਨ ਦੇਣਾ, ਉਦੋਂ ਅਸੀਂ ਖਿਆਲ ਰੱਖਣਾ ਕਿ ਗਲਤ ਨਾ ਬੀਜਿਆ ਜਾਵੇ, ਸਾਡੀ ਚੋਣ ਨਾ ਗਲਤ ਹੋ ਜਾਵੇ, ਸਾਡਾ ਫੈਸਲਾ ਨਾ ਗਲਤ ਹੋ ਜਾਵੇ। ਤੇ ਜੇ ਅਸੀਂ ਫੈਸਲਾ ਸਹੀ ਲਿਆ ਜੋ ਬੀਜਿਆ, ਫਿਰ ਬਾਅਦ 'ਚ ਖੁਸ਼ੀਆਂ ਹੀ ਖੁਸ਼ੀਆਂ, ਫਿਰ ਕੋਈ ਰੋਕ ਨਹੀਂ ਸਕਦਾ। ਤੁਸੀਂ ਚੰਗਾ ਬੀਜੋ ਤੁਹਾਡਾ ਮਾੜਾ ਹੋ ਜਾਵੇ, ਇਹ ਹੋ ਨਹੀਂ ਸਕਦਾ। ਭਾਵੇਂ ਲੱਖ ਦੁਸ਼ਮਣ ਕੋਸ਼ਿਸ਼ਾਂ ਕਰ ਲਏ, ਕਈ ਕਹਿੰਦੇ ਜੀ ਟੂਣਾ ਕਰਾਤਾ ਫਲਾਨਾ ਕਰਾਤਾ, ਜਦੋਂ ਗੁਰਬਾਣੀ ਕਹਿੰਦੀ ਆਪੇ ਬੀਜ ਆਪੇ ਹੀ ਖਾਓ, ਤੂੰ ਤਾਂ ਆਪਦਾ ਬੀਜਿਆ ਹੀ ਖਾਣਾ, ਜਿਹਨੇ ਟੂਣਾ ਕੀਤਾ ਉਹਨੇ ਆਪਦਾ ਬੀਜਿਆ ਉਹ ਖਾਊਗਾ, ਤੇਰੇ 'ਤੇ ਅਸਰ ਥੋੜ੍ਹਾ ਪੈ ਸਕਦਾ। ਜੇ ਕਿਤੇ ਕਦੇ ਕਿਸੇ ਦੇ ਕੀਤੇ ਦਾ ਅਸਰ ਸਾਡੇ 'ਤੇ ਪੈ ਸਕਦਾ ਹੁੰਦਾ ਤਾਂ ਦੁਸ਼ਮਣ ਕਿਸੇ ਨੂੰ ਜਿਉਣ ਨਾ ਦਿੰਦੇ ਅਤੇ ਸਾਡੇ ਮਾਪੇ ਸਾਨੂੰ ਕਦੇ ਔਖਾ ਹੋਣ ਨਾ ਦਿੰਦੇ। ਕਿਉਂਕਿ ਕੋਈ ਵੀ ਮਾਂ ਬਾਪ ਕਹਿੰਦਾ ਮੈਨੂੰ ਦੱਸੋ ਕੀ ਇਹੋ ਜਿਹਾ ਬੀਜਾਂ ਤਾਂ ਕਿ ਮੇਰਾ ਪੁੱਤ ਮੇਰੀ ਧੀ ਜਿਹੜੀ ਆ ਉਹ ਐਸ਼ ਕਰੇ ਮੌਜ ਕਰੇ। ਆਪਾਂ ਵਾਰ ਕੇ ਵੀ ਸਾਡੀ ਮਾਂ ਸਾਡਾ ਪਿਓ ਸਾਨੂੰ ਸਾਰੀ ਜ਼ਿੰਦਗੀ ਲਈ ਸੁੱਖ ਦਾ ਰਜਿਸਟਰੀ ਕਰਾ ਕੇ ਦੇ ਸਕਦੀ ਸੀ, ਜੇ ਕਿਤੇ ਕਿਸੇ ਦਾ ਬੀਜਾ ਸਾਨੂੰ ਮਿਲ ਸਕਦਾ ਹੁੰਦਾ। ਕਿਸੇ ਦਾ ਬੀਜਾ ਸਾਨੂੰ ਨਹੀਂ ਮਿਲ ਸਕਦਾ। ਆਲਾ ਦੁਆਲਾ ਸਾਡੇ ਗੁਰੂ ਸਾਹਿਬਾਨ, ਸਾਡੇ ਗ੍ਰੰਥ, ਸਾਨੂੰ ਸਾਡੀਆਂ ਸੋਹਣੀਆਂ ਸੋਹਣੀਆਂ ਜਿਹੜੀਆਂ ਵਿਦਵਾਨਾਂ ਦੀਆਂ ਲਿਖਤਾਂ, ਸਾਡੇ ਆਲੇ ਦੁਆਲੇ ਸੋਹਣੀਆਂ ਰੂਹਾਂ ਜਿਹੜੀਆਂ ਸਾਨੂੰ ਚੰਗੀਆਂ ਗੱਲਾਂ ਦੱਸਦੀਆਂ ਜਾਂ ਚੰਗੀਆਂ ਗੱਲਾਂ ਕਰਦੀਆਂ ਅਸੀਂ ਵੇਹਨੇ ਹਾਂ ਜੋ ਸਾਡੇ 'ਤੇ ਪ੍ਰਭਾਵ ਪਾਉਂਦੀਆਂ, ਉਹ ਸਾਨੂੰ ਸਿਰਫ ਸਪੋਰਟ ਕਰ ਰਹੀਆਂ, ਸਾਨੂੰ ਉਸ ਪਾਸੇ ਨੂੰ ਪ੍ਰੇਰਨਾ ਦੇ ਸਕਦੀਆਂ। ਬੀਜਣਾ ਸਾਨੂੰ ਆਪ ਹੀ ਪੈਂਦਾ ਹੈ। ਤੁਹਾਡੇ ਆਲੇ ਦੁਆਲੇ ਸਾਰਾ ਕੁਛ ਚੰਗਾ ਹੋਵੇ, ਜੇ ਤੁਸੀਂ ਖੁਦ ਨਹੀਂ ਚੰਗਾ ਕਰਨਾ ਚਾਹੁੰਦੇ ਤੁਹਾਨੂੰ ਉਹ ਚੰਗਾ ਕਰਾ ਨਹੀਂ ਸਕਦਾ। ਸੋ ਬੀਜਣਾ ਤਾਂ ਸਾਨੂੰ ਆਪ ਹੀ ਪਊਗਾ, ਤੇ ਜਿਹਾ ਬੀਜੋਗੇ ਉਹੀ ਵੱਢਾਂਗੇ। ਕੋਈ ਕਿਸੇ ਨੂੰ ਮੰਤਰ ਟੂਣਿਆ ਨਾਲ ਜਾਂ ਕਿਸੇ ਤਰੀਕੇ ਨਾਲ ਵੀ ਕਿਸੇ ਦਾ ਮਾੜਾ ਨਹੀਂ ਕਰ ਸਕਦਾ। ਕਿੰਨਾ ਹੀ ਕਿਸੇ ਦਾ ਮਾੜਾ ਸੋਚ ਲਏ, ਜਿੰਨਾ ਉਹ ਮਾੜਾ ਸੋਚੂਗਾ ਅਸਲੀ ਉਹ ਆਪਦਾ ਮਾੜਾ ਬੀਜ ਰਿਹਾ ਤੇ ਉਹਨੂੰ ਹੀ ਮਿਲਣਾ, ਕਿਸੇ ਦਾ ਨਹੀਂ ਕਰ ਸਕਦੇ। ਕੋਈ ਕਿਸੇ ਦਾ ਭਲਾ ਨਹੀਂ ਕਰ ਸਕਦਾ, ਭਲਾ ਅਗਲੇ ਨੇ ਆਪ ਲੈਣਾ। ਜੇ ਕੋਈ ਕਿਸੇ ਨਾਲ ਚੰਗੀ ਗੱਲ ਕਰ ਰਿਹਾ, ਜੇ ਕੋਈ ਕਿਸੇ ਦਾ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਚੰਗਾ ਬੀਜ ਰਿਹਾ। ਜਿਹਨੂੰ ਚੰਗੀ ਗੱਲ ਕਹਿ ਰਿਹਾ ਉਹਨੇ ਤਾਂ ਪਤਾ ਨਹੀਂ ਲੈਣੀ ਕਿ ਨਹੀਂ ਲੈਣੀ, ਲੇਕਿਨ ਜਿਹਨੇ ਚੰਗੀ ਗੱਲ ਕਿਸੇ ਨੂੰ ਸਮਝਾਈ ਕੀਤੀ ਉਹ ਬੰਦਾ ਚੰਗਾ ਬੀਜ ਰਿਹਾ, ਉਹਦਾ ਉਹਨੂੰ ਚੰਗਾ ਮਿਲ ਹੀ ਜਾਣਾ। ਲੇਕਿਨ ਜਿਹਨੂੰ ਕਹੀ ਹੈ ਗੱਲ ਉਹਨੂੰ ਤਾਂ ਹੀ ਮਿਲੂਗਾ ਨਾ ਜਦੋਂ ਉਹ ਬੀਜੂਗਾ।
ਸੋ ਅਸੀਂ ਇੱਕ ਇੱਕ ਪਲ ਦੇ ਲਈ ਜ਼ਿੰਮੇਵਾਰ ਹਾਂ, ਕਿਉਂਕਿ ਜਿੰਨੀਆਂ ਸਾਨੂੰ ਪਾਵਰਾਂ ਦੇ ਕੇ ਪਰਮਾਤਮਾ ਨੇ ਇੱਥੇ ਭੇਜਿਆ ਦੁਨੀਆਂ ਦੇ ਵਿੱਚ, ਉਨੀਆਂ ਸਾਡੇ ਤੋਂ ਜ਼ਿੰਮੇਵਾਰੀਆਂ ਦੀ ਵੀ ਉਮੀਦ ਰੱਖਦਾ, ਉਨੇ ਅਸੀਂ ਜ਼ਿੰਮੇਵਾਰ ਵੀ ਹਾਂ। ਅਕਾਊਂਟੇਬਲ ਫੋਰ ਇੱਕ ਇੱਕ ਪਲ ਦੇ ਲਈ। ਹੁਣ ਇਸ ਜ਼ਿੰਦਗੀ ਨੂੰ ਅਸੀਂ ਵਧੀਆ ਜਿਉਣਾ, ਅਸੀਂ ਚਾਹੁੰਦੇ ਹਾਂ ਕਿ ਚੰਗਾ ਹੀ ਬੀਜੀਏ, ਹਰ ਪਲ ਅਸੀਂ ਚੰਗਾ ਬੀਜੀਏ, ਕਿਵੇਂ ਹੋਊਗਾ ਇਹ? ਸਾਨੂੰ ਸਮਝਣਾ ਪਊਗਾ ਕਿ ਇਹ ਦੁਨੀਆਂ ਦੇ ਵਿੱਚ ਬੇਸਿਕਲੀ ਇੱਕ ਆਹ ਮਸ਼ੀਨ ਹੈ, ਇਹ ਮਸ਼ੀਨ ਹੈ, ਇਹਦਾ ਇਹਨੂੰ ਕਿਵੇਂ ਵਰਤਣਾ ਹੈ, ਕਿੰਨੀ ਬਿਜਲੀ 'ਤੇ ਇਹਨੂੰ ਚਾਰਜ 'ਤੇ ਲਾਉਣਾ ਹੈ, ਇਹਨੂੰ ਕਿੰਨਾ ਕੁ ਬਚਾ ਕੇ ਰੱਖਣਾ ਹੈ, ਕਿੱਥੇ ਟੁੱਟ ਸਕਦਾ ਹੈ, ਡਿੱਗ ਸਕਦਾ ਹੈ, ਕਿਵੇਂ ਇਹ ਖਰਾਬ ਹੋ ਸਕਦਾ, ਉਹ ਸਾਰਾ ਕੁਛ ਉਸ ਦੱਸਿਆ ਹੁੰਦਾ ਵੀ ਆਏ ਇਹਦੇ ਨਾਲ ਕਰਨਾ ਅਤੇ ਆਏ ਇਹਦੇ ਨਾਲ ਨਹੀਂ ਕਰਨਾ। ਉਹ ਇੱਕ ਕਿਤਾਬਚਾ ਨਾਲ ਦਿੱਤਾ ਹੁੰਦਾ ਬਣਾਉਣ ਵਾਲੇ ਨੇ, ਜਿਹਨੇ ਬਣਾਇਆ ਹੁੰਦਾ ਇਹ ਕੋਈ ਵੀ ਮਸ਼ੀਨ ਬਣਾਈ ਹੁੰਦੀ ਹੈ, ਉਹ ਇੱਕ ਨਾਲ ਕਿਤਾਬਚਾ ਦਿੰਦਾ ਕਿ ਇਸ ਚੀਜ਼ ਨੂੰ ਇਸ ਤਰ੍ਹਾਂ ਵਰਤੋਂਗੇ ਤਾਂ ਇਹ ਤੁਹਾਨੂੰ ਬਹੁਤ ਲੰਮਾ ਸਮਾਂ ਵਧੀਆ ਫਾਇਦਾ ਦਿਓਗੀ, ਇਹਦੀ ਇਹਦਾ ਚਾਲ ਚੱਲਣ ਵਧੀਆ ਰਹੂਗਾ ਉਹਨਾਂ ਚਿਰ, ਅਤੇ ਜੇ ਇਹਨੂੰ ਇਸ ਤੋਂ ਆਸੇ ਪਾਸੇ ਕੁਛ ਕਰੋਗੇ ਤਾਂ ਇਹ ਖਰਾਬ ਹੋ ਸਕਦੀ ਹੈ, ਫਿਰ ਮੈਨੂੰ ਲੰਬ ਨਾ ਦਿਆ ਜੇ। ਸੋ ਜਿਹਨੇ ਇਹ ਮਸ਼ੀਨ ਬਣਾਈ ਹੈ ਉਹਨੇ ਨਾਲ ਇਹਦੇ ਵਰਤੋਂ ਦੇ ਹਿਸਾਬ ਨਾਲ ਲਿਖ ਕੇ ਦੇ ਤਾ ਸਾਨੂੰ, ਹਦਾਇਤਾਂ ਦੇ ਤੀਆਂ। ਹੁਣ ਜਿਹੜੀ ਆਹ ਮਸ਼ੀਨ ਬਣਾਈ ਹੈ, ਜਿਹਨੇ ਬਣਾਈ ਹੈ, ਉਹਦੇ ਵੀ ਕੁਛ ਅਸੂਲ ਹੈ। ਹੁਣ ਜਾਨਵਰ ਤਾਂ ਉਹਨਾਂ ਅਸੂਲਾਂ 'ਤੇ ਪੱਕੇ ਹੈ, ਅਵਾਰਾ ਪਸ਼ੂ ਫਿਰਦੇ ਬਾਹਰ, ਕਿਸੇ ਪਸ਼ੂ ਮੂਹਰੇ ਬਾਲਟੀ ਸ਼ਰਾਬ ਦੀ ਰੱਖ ਦਿਓ, ਇੱਕ ਬਾਲਟੀ ਪਾਣੀ ਦੀ ਰੱਖ ਦਿਓ, ਹੁਣ ਆਪਾਂ ਨੂੰ ਪਤਾ ਹੀ ਹੈ ਕੀ ਪੀਊਗਾ। ਪਾਣੀ ਪੀਊਗਾ, ਤੁਸੀਂ ਸ਼ਰਾਬ ਛੱਡੋ, ਹੁਣ ਬੱਚੇ ਹੈ ਸਕੂਲ ਦੇ ਸਾਹਮਣੇ, ਹੈ ਨਾ, ਉਹਨਾਂ ਨੂੰ ਕਈ ਵਾਰੀ ਅਸੀਂ ਪੁੱਛਦੇ ਹੁੰਦੇ ਹਾਂ ਵੀ ਬੱਚੋ ਜੇ ਪਸ਼ੂ ਹੈ ਬਾਹਰ ਤਾਂ ਉਹਨਾਂ ਨੂੰ ਇੱਕ ਬਾਲਟੀ ਕੋਕ ਦੀ ਰੱਖ ਦਈਏ, ਇੱਕ ਬਾਲਟੀ 'ਚ ਆਪਾਂ ਪਾਣੀ ਪਾ ਦਈਏ, ਉਹ ਕੀ ਪੀਣਗੇ? ਕਿਹਾ ਜੀ ਪਾਣੀ ਪੀਣਗੇ। ਅਤੇ ਮੈਂ ਕਿਹਾ ਜੇ ਆਪਣੇ ਮੂਹਰੇ ਰੱਖੀ ਜਾਵੇ ਆਪਾਂ ਕੀ ਪੀਆਂਗੇ? ਫਿਰ ਹੱਸ ਪੈਂਦੇ ਵੀ ਆਪਾਂ ਤਾਂ ਜੀ ਫਿਰ ਕੋਕ ਹੀ ਪੀਆਂਗੇ, ਹੁਣ ਪਾਣੀ ਦਾ ਕੀ ਪੀਣਾ? ਭਾਵੇਂ ਕਿ ਕੋਕ ਬਣਾਉਣ ਵਾਲੇ ਵੀ ਲਿਖ ਕੇ ਦੇਈ ਜਾਂਦੇ ਵੀ ਤੁਹਾਡੀ ਸਿਹਤ ਵਾਸਤੇ ਚੰਗਾ ਨਹੀਂ, ਕੋਕ ਨੇ ਕੋਕ ਵਾਲਿਆਂ ਨੇ ਅਫੀਸ਼ਲੀ ਆਪਦੇ ਵੰਨੀਓ ਇੱਕ ਮਸ਼ਹੂਰੀ ਪਾਈ ਹੈ, ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਪਾਈ ਹੈ ਕਿ ਇਹ ਤੁਹਾਡੀ ਸਿਹਤ ਵਾਸਤੇ ਚੰਗਾ ਨਹੀਂ। ਉਹ ਮਸ਼ਹੂਰੀ ਪ੍ਰਚਲਿਤ ਘੱਟ ਹੋਈ ਹੈ, ਉਹ ਵੱਖਰੀ ਗੱਲ ਹੈ, ਪਰ ਉਹਨਾਂ ਨੇ ਆਪਦੇ ਵੰਨੀਓ ਕੰਮ ਸਾਰਤਾ ਵੀ ਅਸੀਂ ਤਾਂ ਜੀ ਪਾ ਤੀ। ਹੁਣ ਉਹ ਤੋਂ ਬਾਅਦ ਵੀ ਸ਼ਰਾਬ ਵਾਲੇ ਵੀ ਥੱਲੇ ਲਿਖ ਕੇ ਲਾਉਂਦੇ ਆ ਨਾ, ਪੀਣੀ ਸਿਹਤ ਲਈ ਹਾਨੀਕਾਰਕ ਹੈ, ਭਾਵੇਂ ਕਿ ਉਹ ਲਿਖ ਕੇ ਲਾਇਆ ਹੋਇਆ, ਪਰ ਫਿਰ ਵੀ ਸਾਡਾ ਫੈਸਲਾ, ਸਾਡੀ ਚੋਣ ਕਈ ਵਾਰੀ ਉੱਧਰ ਜਾਂਦੀ ਹੈ। ਜੇ ਹੁਣ ਚੋਣ ਸਾਡੀ ਉੱਧਰ ਜਾਂਦੀ, ਫਿਰ ਲਾਂਭਾ ਕਿਉਂ ਦਈਏ? ਚੋਣ ਕਰਨ ਵੇਲੇ ਤਾਂ ਅਸੀਂ ਕਹਿੰਦੇ ਅਸੀਂ ਕਰ ਸਕਦੇ ਹਾਂ, ਅਤੇ ਫਿਰ ਉਹਦੇ ਅਸਰ ਵੀ ਤਾਂ ਅਸੀਂ ਉਦੋਂ ਤੋਂ ਹੀ ਪੱਲੇ ਬੰਨ ਲਏ ਨਾ ਜਿਹੜੇ ਜਦੋਂ ਤੁਸੀਂ ਚੋਣ ਕਰ ਲਈ। ਸੋ ਕੁਦਰਤ ਦੇ ਕੁਛ ਅਸੂਲ ਹੈ, ਜੇ ਜਾਨਵਰ ਉਹਨਾਂ ਚੀਜ਼ਾਂ ਨਾਲ ਉਹਨਾਂ ਉਸ ਸੰਜਮ ਦੇ ਵਿੱਚ ਉਸ ਡਿਸਿਪਲਿਨ 'ਚ ਰਹਿ ਕੇ ਆਪਦੀ ਜ਼ਿੰਦਗੀ ਜਿਉਂਦੇ ਹੈ ਨਾ, ਜੰਗਲਾਂ ਦੇ ਵਿੱਚ ਕੋਈ ਵੈਟਨਰੀ ਡਾਕਟਰਾਂ ਦੀ ਲੋੜ ਨਹੀਂ ਪੈਂਦੀ, ਕਿਉਂਕਿ ਜੰਗਲ 'ਚ ਕੁਦਰਤੀ ਖਾਂਦੇ ਹੈ, ਕੁਦਰਤੀ ਰਹਿੰਦੇ ਹੈ, ਅਤੇ ਕੋਈ ਨਹੀਂ ਸੁਣਿਆ ਵੀ ਜਾਨਵਰ ਬਿਮਾਰ ਹੋ ਕੇ ਮਰਿਆ ਹੋਊਗਾ ਕਦੇ। ਇਹ ਜਿਹੜੇ ਆਪਾਂ ਘਰਾਂ 'ਚ ਬੰਨਦੇ ਹਾਂ ਨਾ, ਆਪਾਂ ਆਪਦੇ ਹਿਸਾਬ ਨਾਲ ਰੱਖਦੇ ਹਾਂ ਉਹਨਾਂ ਨੂੰ, ਗੈਰ ਕੁਦਰਤੀ ਤਰੀਕੇ ਨਾਲ ਇਸ ਕਿੱਲੇ ਤੋਂ ਖੋਲ੍ਹ ਕੇ ਉੱਧਰ ਬੰਨਤਾ, ਕਦੇ ਇਹਨੂੰ ਹੁਣ ਆਹ ਪਾ ਦਿਓ, ਕਦੇ ਉਹ ਫੀਡ ਪਾ ਦਿਓ, ਕਦੇ ਹੁਣ ਇਹਨੂੰ ਐਂ, ਉਹ ਅਸੀਂ ਬਿਮਾਰ ਕਰਦੇ ਹਾਂ ਰਾਧਰ ਉਹਨਾਂ ਨੂੰ। ਤਾਂ ਹੀ ਸਾਨੂੰ ਡੰਗਰ ਡਾਕਟਰ ਸੱਦਣੇ ਪੈਂਦੇ ਘਰੇ, ਜੰਗਲਾਂ 'ਚ ਨਹੀਂ ਡੰਗਰ ਡਾਕਟਰਾਂ ਦੀ ਲੋੜ।
ਜਿੱਥੇ ਬੰਦਾ ਦਖਲ ਦਿੰਦਾ ਉੱਥੇ ਮਸਲਾ ਖੜਾ ਕਰ ਦਿੰਦਾ, ਕਿਉਂਕਿ ਉਹਦੀ ਆਪਦੀ ਜਾਂਚ ਠੀਕ ਨਹੀਂ, ਆਪਦੇ ਚ ਵੀ ਉਹਨੇ ਮਸਲੇ ਖੜੇ ਕਰ ਲਏ, ਪਰੇਸ਼ਾਨ ਹੀ ਪਰੇਸ਼ਾਨ। ਤੇ ਜਿਹਦੇ ਨਾਲ ਬਹਿੰਦਾ ਜਾ ਕੇ, ਜੇ ਪਸ਼ੂਆਂ ਕੋਲੇ ਗਿਆ ਤਾਂ ਉਹਨਾਂ ਨੂੰ ਪਰੇਸ਼ਾਨੀ ਵੰਡਿਆ, ਕੁਛ ਇਹ ਦੁੱਧ ਹੋਰ ਦਿਓਗੀ, ਐਂ ਕਰੋ ਇਹਨੂੰ ਇੱਕ ਟੀਕਾ ਵੀ ਲਾ ਦਿਓ, ਇਹਨੂੰ ਆ ਬੋਤਲ ਲਾ ਦਿਓ। ਆਪਦੇ ਲਾਲਚ ਪਿੱਛੇ ਅਸੀਂ ਸਾਰਾ ਉਹ, ਜਿਹੜੇ ਕੁਦਰਤ ਦੇ ਨਿਯਮ ਹੈ ਉਹ ਸਾਡੇ 'ਤੇ ਲਾਗੂ, ਅਸੀਂ ਕੁਦਰਤੀ ਮਸ਼ੀਨ ਹੈ, ਸਾਡੇ 'ਤੇ ਕੁਦਰਤ ਦੇ ਨਿਯਮ ਲਾਗੂ ਹੁੰਦੇ ਆ। ਆਹ ਜਿਹਨੇ ਬਣਾਈ ਹੈ ਬਿਜਲੀ ਦੀ ਮਸ਼ੀਨ ਹੈ, ਇਹ 'ਤੇ ਉਹ ਨਿਯਮ ਲਾਗੂ ਹੁੰਦੇ ਆ। ਕੁਦਰਤ ਦੇ ਨਿਯਮ ਹੈ ਕਿ ਕੋਈ ਚੀਜ਼ ਇੱਥੋਂ, ਹੁਣ ਮੈਂ ਜੇ ਇਹਨੂੰ ਹੱਥੋਂ ਛੱਡਾਂ ਤਾਂ ਇਹ ਥੱਲੇ ਡਿੱਗਣੀ ਹੈ, ਇਹ ਕੁਦਰਤ ਦਾ ਨਿਯਮ ਹੈ। ਮੈਂ ਇਹਨੂੰ ਮੰਨਾਂ ਨਾ ਮੰਨਾਂ ਇਹਨੇ ਡਿੱਗੀ ਪੈਣਾ, ਮੈਂ ਕਿਹਾ ਮੈਂ ਨਹੀਂ ਮੰਨਦਾ ਥੱਲੇ ਡਿੱਗੂਗੀ, ਪਰ ਜੇ ਸਿੱਟਤੀ ਤਾਂ ਫਿਰ ਉਹ ਤੋਂ ਬਾਅਦ ਚੱਕਣ ਜੋਗਾ ਰਹਿਣਾ ਨਹੀਂ ਕੁਛ ਇਹਦੇ 'ਚ। ਗਰਮ ਚੀਜ਼ ਹੱਥ ਪਾਵਾਂਗੇ ਮੱਚੂਗਾ, ਠੰਡੀ ਚੀਜ਼ ਨੂੰ ਹੱਥ ਲਾਵਾਂਗੇ ਠਰੂਗਾ। ਇਹ ਕੁਦਰਤ ਦੇ ਇਹੋ ਜਿਹੇ ਕਾਨੂੰਨ ਹੈ ਜਿਹੜੇ ਸਿਰਫ ਇੱਥੇ ਹੀ ਨਹੀਂ, ਕਿਤੇ ਵੀ ਹੋਰ ਲਾਗੂ ਕਰਕੇ ਵੇਖ ਲਓ ਆਈ ਹੋਣਗੇ, ਸਿਰਫ ਅੱਜ ਹੀ ਨਹੀਂ ਸਦੀਆਂ ਤੋਂ ਆਏ ਹੈ, ਅਤੇ ਅਗਾਂਹ ਵੀ ਆਈ ਰਹਿਣ ਦੀ ਉਮੀਦ ਹੈ ਇਹਨਾਂ ਦੀ, ਕਿਉਂਕਿ ਕੋਈ ਚੇਂਜ ਇਹਨਾਂ 'ਚ ਦੇਖੀ ਨਹੀਂ ਗਈ ਕਦੇ। ਇਵੇਂ ਹੀ ਜਿਹੜੀ ਭੌਤਿਕ ਦੁਨੀਆ ਦੇ ਵਿੱਚ ਜਿਹੜੇ ਇਹ ਕਾਨੂੰਨ ਹੈਗੇ ਆ, ਇਸੇ ਤਰ੍ਹਾਂ ਦੇ ਹੀ ਸਾਡੀ ਮਾਨਸਿਕ ਦੁਨੀਆ 'ਚ ਵੀ ਕਾਨੂੰਨ ਹੈਗੇ। ਮੈਂ ਕਾਲਜ 'ਚ ਬੱਚਿਆਂ ਨਾਲ ਗੱਲ ਕਰਦੇ ਸੀ ਪਿੱਛੇ ਜੀ, ਮੈਂ ਕਿਹਾ ਵੀ ਤੁਸੀਂ ਮੰਨ ਲਓ ਤੁਸੀਂ ਕਿਸੇ ਦੇ ਰਿਸ਼ਤੇਦਾਰੀ 'ਚ ਜਾਂਦੇ ਹੋ, ਘਰੇ ਜਾਂਦੇ ਹੋ, ਛੋਟਾ ਜਿਹਾ ਉਹਨਾਂ ਦਾ ਬੱਚਾ ਹੈ ਕੋਈ 5-6 ਮਹੀਨਿਆਂ ਦਾ ਲਾ ਲਓ, ਉਹ ਬੈੱਡ ਦੇ ਉੱਤੇ ਬੈਠਾ, ਤੁਸੀਂ ਉਹਦੇ ਵੀ ਨਹੀਂ ਜਾ ਕੇ ਅਤੇ ਜੇ ਘੂਰਨ ਲੱਗ ਪਾਓ ਤਾਂ ਉਹ ਕੀ ਕਰੂਗਾ, ਉਹਦਾ ਕੀ ਪ੍ਰਤੀਕਰਮ ਹੋਊਗਾ ਤੁਹਾਡੇ ਬਾਰੇ, ਖੁਸ਼ ਹੋ ਜੂਗਾ, ਰੋ ਪਊਗਾ, ਹੈ ਨਾ। ਛੋਟਾ ਹੈ ਨਾ ਹਜੇ, ਉਹ ਰੋ ਹੀ ਸਕਦਾ, ਉੱਠ ਕੇ ਗੱਲ ਤਾਂ ਫੜ ਨਹੀਂ ਸਕਦਾ, ਰੋਊਗਾ ਵੀ ਆਹ ਸ਼ਕਲ ਮੈਨੂੰ ਪਸੰਦ ਨਹੀਂ, ਇਹਨੂੰ ਪਰਾਂ ਕਰ ਦਿਓ। ਅਤੇ ਜੇ ਤੁਸੀਂ ਜਾ ਕੇ ਉੱਥੇ ਉਹਦੇ ਵੀ ਨਹੀਂ ਪਿਆਰ ਨਾਲ ਮੁਸਕਰਾ ਕੇ, ਜਿਵੇਂ ਆਪਾਂ ਸੈਂਤ ਜੀ ਕਰਦੇ ਹੁੰਦੇ ਹਾਂ ਨਾ, ਜਾਂ ਉਵੇਂ ਜੇ ਕੁਛ ਕਰੋ ਤਾਂ ਫਿਰ ਉਹ ਖੁਸ਼ ਹੋਊਗਾ। ਹੋ ਸਕਦਾ ਹੱਥ ਖੜੇ ਕਰਕੇ ਤੁਹਾਨੂੰ ਕਵੇ ਬਾਈ ਜੀ ਮੈਨੂੰ ਬਾਹਰ ਲੈ ਜਾਓ, ਹੈ ਨਾ, ਮੈਨੂੰ ਚੱਕ ਲਓ। ਇਹ ਕੁਦਰਤ ਦਾ ਕਾਨੂੰਨ ਹੈ, ਜਦੋਂ ਤੁਸੀਂ ਨਫ਼ਰਤ ਦਿੱਤੀ ਤੁਹਾਨੂੰ ਵਾਪਸ ਵੀ ਨਫ਼ਰਤ ਹੀ ਮਿਲੀ, ਜਦੋਂ ਤੁਸੀਂ ਪਿਆਰ ਦਿੱਤਾ ਉਦੋਂ ਤੁਹਾਨੂੰ ਵਾਪਸ ਪਿਆਰ ਹੀ ਮਿਲਿਆ। ਅਤੇ ਇਹ ਗੱਲ ਇਕੱਲੀ ਇੱਥੇ ਪੰਜਾਬ 'ਚ ਹੀ ਨਹੀਂ, ਤੁਸੀਂ ਕਿਸੇ ਦੇਸ਼ 'ਚ ਜਾ ਵੜੋ, ਜ਼ਰੂਰੀ ਨਹੀਂ ਤੁਸੀਂ ਆਪਣੇ ਇੱਕਣ ਨਾਲ ਕਰ ਲਓ, ਜਪਾਨੀ ਨਾਲ ਕਰਿਆ, ਉਹ ਚੀਨੀ ਨਾਲ ਕਰ ਲਓ, ਹਰੇਕ ਜਿੱਥੇ ਮਾਨਸਿਕ ਪੱਧਰ 'ਤੇ ਅਸੀਂ ਸਾਰੇ ਇਨਸਾਨ ਹੈ ਨਾ, ਸਾਡੇ 'ਤੇ ਉਹ ਕਾਨੂੰਨ ਹਰ ਇੱਕ 'ਤੇ ਲਾਗੂ ਹੁੰਦਾ ਹੈ, ਕੋਈ ਰੰਗ ਦਾ ਫਰਕ ਨਹੀਂ, ਕੋਈ ਨਸਲ ਦਾ ਫਰਕ ਨਹੀਂ, ਕੋਈ ਭਾਸ਼ਾ ਦਾ ਫਰਕ ਨਹੀਂ। ਨਫ਼ਰਤ ਬੀਜਾਂਗੇ ਨਫ਼ਰਤ ਮਿਲੇਗੀ, ਪਿਆਰ ਬੀਜਾਂਗੇ ਪਿਆਰ ਮਿਲੇਗਾ। ਹੁਣ ਅਸੀਂ ਚੋਣ ਕਰਨੀ ਹੈ, ਚੋਣ ਅਸੀਂ ਕਿਵੇਂ ਕਰੀਏ? ਆਹ ਜਿਹੜੇ ਫੈਸਲੇ ਹੈ ਨਾ, ਜਿਹੜੇ ਆਹ ਕੁਦਰਤ ਦੇ ਕਾਨੂੰਨ ਹੈ, ਇਹਨਾਂ ਨੂੰ ਕਹਿੰਦੇ ਵੀ ਜਿਵੇਂ ਇੱਕ ਤਾਂ ਤੁਹਾਡੇ ਕੋਲ ਨਕਸ਼ਾ ਹੋਵੇ ਵੀ ਅਸੀਂ ਫਲਾਣੇ ਥਾਂ ਜਾਣਾ, ਤੇ ਨਕਸ਼ੇ 'ਚ ਤਾਂ ਹੋਰ ਬਹੁਤ ਕੁਛ ਹੁੰਦਾ, ਕਈ ਵਾਰੀ ਬੰਦਾ ਫਿਰ ਵੀ ਉਲਝ ਜਾਂਦਾ। ਪਰ ਜੇ ਤੁਹਾਡੇ ਕੋਲ ਇੱਕ ਉਹ ਕੰਪਾਸ ਹੋਵੇ ਜਿਹੜੀ ਨੌਰਥ ਵਾਲੀ ਨੂੰ ਜਾਂਦੀ ਹੈ,
ਕੀ ਉਹਨੂੰ ਮੈਗਨੈਟਿਕ ਕੰਪਾਸ ਨੂੰ ਜੀ, ਹਾਂਜੀ ਹਾਂ, ਚੁੰਬਕ ਵਾਲੀ ਜਿਹੜੀ ਹੁੰਦੀ ਹੈ ਸੂਈ, ਹੈ ਨਾ, ਜਿਹੜੀ ਜਿਹੜੀ ਉੱਤਰਵਨੀ ਨੂੰ ਦਿਸ਼ਾ ਦੱਸਦੀ ਸਾਨੂੰ, ਜੇ ਸਾਡੇ ਕੋਲ ਉਹ ਹੋਵੇ ਤਾਂ ਬਾਲਾ ਸੋਚਣ ਦੀ ਲੋੜ ਹੀ ਨਹੀਂ, ਬਸ ਉਹਦੇ ਹਿਸਾਬ ਨਾਲ ਤੁਰਿਆ ਉਹ ਥਾਂ 'ਤੇ ਪਹੁੰਚ ਜਾਓਗੇ। ਸੋ ਬਾਕੀ ਗੱਲਾਂ ਆਪਦੀ ਥਾਂ 'ਤੇ ਜਦੋਂ ਫੈਸਲਾ ਕਰਨ ਲੱਗਦੇ ਹਾਂ ਉਦੋਂ ਨਕਸ਼ੇ ਦੀ ਬਜਾਏ ਕੰਪਾਸ ਰੱਖ ਲਓ, ਜਿਹੜੀ ਉੱਤਰਵਨੀ ਨੂੰ ਹਮੇਸ਼ਾ ਸਿੱਧੀ ਰਹਿੰਦੀ ਹੈ, ਜਿਹੜੀ ਉਹਦੇ ਤੋਂ ਤੁਸੀਂ ਪਰਖ ਕੇ ਵੇਖ ਲਓ ਜੋ ਕੰਮ ਮੈਂ ਕਰਨ ਜਾ ਰਿਹਾ ਕੀ ਇਹ ਸਾਰਿਆਂ ਦੇ ਭਲੇ 'ਚ ਹੈ, ਕੀ ਸਿਰਫ ਮੈਂ ਆਪਦੇ ਭਲੇ ਲਈ ਦੂਜਿਆਂ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਿਹਾ। ਮੇਰਾ ਭਲਾ ਭਾਵੇਂ ਹੈ ਨਹੀਂ ਹੈ, ਦੂਜਿਆਂ ਦਾ ਭਲਾ ਹੈ ਕਿ ਨਹੀਂ ਹੈ ਇਹਦੇ 'ਚ, ਕਿਉਂਕਿ ਗੱਲ ਉਹੀ ਆ ਗਈ ਜੋ ਬੀਜੋਗੇ ਵਾਪਸ ਆ ਜਾਣਾ, ਆਉਣਾ ਹੀ ਆਉਣਾ। ਅਤੇ ਫਿਰ ਬੀਜਣ ਲੱਗਿਆ ਇੰਨਾ ਕੁ ਸੋਚ ਲਓ ਵੀ ਇਹ ਭਲਾ ਹੈ, ਭਲਾ ਹੈ ਤਾਂ ਬੀਜ ਦਿਓ, ਨਹੀਂ ਭਲਾ ਤਾਂ ਚੁੱਪ ਕਰ ਜਾਓ, ਪਾਸੇ ਹੋ ਜਾਓ। ਇਹ ਇੱਕ ਕੰਪਾਸ ਹੈ ਜਿਹੜੀ ਸਾਡੀ ਚੋਣ ਨੂੰ ਐਡਾ ਸੌਖਾ ਕਰ ਦਿੰਦੀ ਹੈ, ਜਦੋਂ ਅਸੀਂ ਕੋਈ ਵੀ ਫੈਸਲਾ ਲੈਣਾ, ਹਰ ਮੋੜ 'ਤੇ ਸਾਨੂੰ ਫੈਸਲਾ ਲੈਣਾ ਪੈਂਦਾ। ਮੰਨ ਲਓ ਸਵੇਰੇ ਉੱਠਣ ਦੀ ਗੱਲ ਹੀ ਹੈ, ਅਸੀਂ ਅਕਸਰ ਆਮ ਬੱਚਿਆਂ ਨਾਲ ਛੋਟਿਆਂ ਨਾਲ ਗੱਲ ਕਰਦੇ ਹਾਂ, ਯਾਰ ਇੱਕ ਸਵੇਰੇ ਉੱਠਣ ਦੀ ਗੱਲ ਹੀ ਹੁੰਦੀ ਹੈ, ਉਦੋਂ ਮਾੜਾ ਜਿਹਾ ਸੋਚ ਲਿਆ ਕਰੋ ਕੀ ਮੇਰੇ ਸੌਣ 'ਚ ਮੇਰਾ ਭਲਾ ਹੈ ਕਿ ਮੇਰੇ ਹੁਣ ਜਾਗ ਕੇ ਅਤੇ ਆਪਦਾ ਕੰਮ ਕਰਨ 'ਚ ਮੇਰਾ ਭਲਾ, ਅਤੇ ਮੇਰੇ ਉੱਠਣ ਨਾਲ ਮੈਂ ਕਿਸੇ ਦਾ ਵੀ ਭਲਾ ਕਰ ਸਕਦਾ, ਸੁੱਤਾ ਤਾਂ ਮੈਂ ਕਿਸੇ ਦਾ ਵੀ ਨਹੀਂ ਕਰ ਸਕਦਾ। ਜੇ ਉਹ ਵੀ ਕੰਮ ਕਰਦੇ ਹਾਂ ਅਸੀਂ, ਉਹਦੇ 'ਚ ਇੱਕੋ ਹੀ ਇਹ ਪਰਖ ਲਾ ਲਈਏ, ਸਾਡੀ ਚੋਣ ਗਲਤ ਨਹੀਂ ਹੋਣੀ। ਅਤੇ ਜੇ ਸਾਡੀ ਚੋਣ ਗਲਤ ਨਾ ਹੋਈ ਤਾਂ ਸਾਡੇ ਤੋਂ ਕੋਈ ਮੌਕਾ ਵੀ ਨਹੀਂ ਖੁੱਸਣਾ, ਅਤੇ ਜੇ ਅਸੀਂ ਮੌਕੇ ਸਾਰੇ ਫੜ ਲਏ ਜਿਹੜੇ ਸਾਡੇ ਬਣਦੇ ਹੈ, ਤਾਂ ਸਾਡੀ ਕਾਬਲੀਅਤ ਫਿਰ ਪਰਮਾਤਮਾ ਨੇ ਆਪੇ ਨਿਖਾਰ ਦੇਣੀ ਹੈ। ਅਤੇ ਜੋ ਸਾਡੀ ਕਾਬਲੀਅਤ ਹੋਈ, ਮੌਕਿਆਂ ਦੇ ਵਿੱਚ ਵਰਤੀ ਗਈ, ਚੋਣ ਸਹੀ ਹੋਣ ਕਰਕੇ, ਤਾਂ ਭਵਿੱਖ ਕਿਵੇਂ ਮਾੜਾ ਹੋ ਜੂ ਸਾਡਾ, ਸਾਡੀ ਜੀਵਨ ਜਾਂਚ 'ਚ ਫਿਰ ਕੀ ਪ੍ਰੋਬਲਮ ਆ ਜੂਗੀ। ਗੱਲ ਸਿਰਫ ਇੰਨੀ ਹੈ, ਉਹ ਕਰੋ ਜੋ ਤੁਸੀਂ ਚਾਹੁੰਦੇ ਹੋ ਤੁਹਾਡੇ ਨਾਲ ਹੋਵੇ। ਜੇ ਕਿਸੇ ਨੂੰ ਗਾਲ ਕੱਢਦੇ ਹਾਂ ਤਾਂ ਇੰਨਾ ਕੁ ਜ਼ਰੂਰ ਖਿਆਲ ਰੱਖੀਏ, ਮੁੜ ਕੇ ਆਊਗੀ, ਅਤੇ ਕਣਕ ਦੇ ਦਾਣੇ ਵਾਂਗੂ ਇਕੱਲੀ ਨਹੀਂ ਆਉਣੀ, ਕਈ ਗੁਣਾ ਹੋ ਕੇ ਆਊਗੀ। ਅਤੇ ਜੇ ਕਿਸੇ ਨੂੰ ਪਿਆਰ ਨਾਲ ਬੁਲਾਉਂਦੇ ਹੋ, ਸਤਿਕਾਰ ਨਾਲ ਬੁਲਾਉਂਦੇ ਹੋ, ਤਾਂ ਫਿਰ ਉਦੋਂ ਇੰਨਾ ਵੀ ਯਾਦ ਰੱਖੀਏ ਵੀ ਕੋਈ ਨਹੀਂ, ਆਪਾਂ ਇੱਕ ਵਾਰੀ ਬੁਲਾਇਆ, ਪਰਮਾਤਮਾ ਨੇ ਕਈ ਵਾਰੀ ਕਈ ਗੁਣਾ ਸਤਿਕਾਰ ਦਿਵਾਉਣਾ ਆਪਾਂ, ਅਗਲੇ ਨੇ ਨਹੀਂ ਦੇਣਾ, ਉਹਨੇ ਦਿਵਾਉਣਾ ਜਿਹਦੇ ਨਾਲ ਆਪਣਾ ਸਿੱਧਾ ਹਿਸਾਬ ਹੈ। ਬੰਦਾ ਬੰਦੇ ਨੂੰ ਕੀ ਦੇ ਸਕਦਾ, ਅਸੀਂ ਬੀਜਦੇ ਹਾਂ ਉਹ ਵੀ ਆਪਦੇ ਵਾਸਤੇ, ਬਿਨਾਂ ਵੇਖੇ ਕਿਹਨੂੰ ਦੇ ਰਹੇ ਹਾਂ ਉਹ ਵੇਖੇ, ਅਤੇ ਜੋ ਸਾਨੂੰ ਵਾਪਸ ਆਉਣਾ ਬੰਦੇ ਦੇ ਵੱਸ ਨਹੀਂ। ਆਪਾਂ ਰਹਿਰਸ ਕਰਦੇ ਹਾਂ ਰੋਜ਼, ਬੜਾ ਸਾਫ ਲਿਖਿਆ ਹੋਇਆ ਉਸ ਗੱਲ ਨੂੰ, ਸਿਰਫ ਉਹ ਮੰਨਣ ਦੀ ਗੱਲ ਹੈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਤੂੰ ਕਰਤਾ, ਸਾਰਾ ਕੁਛ ਕੀਤਾ ਕਰਾਇਆ ਤੇਰਾ, ਕਰਤਾ ਤੂੰ ਹੈ ਸਚਿਆਰ, ਕੋਈ ਕਮੀ ਨਹੀਂ, ਤੂੰ ਕੋਈ ਨਿਆਣਾ ਨਹੀਂ, ਤੂੰ ਸਭ ਤੋਂ ਸਿਆਣਾ ਅਤੇ ਸਚਿਆਰ ਹੈ। ਜੋ ਤੂੰ ਕਰਦਾ ਬਹੁਤ ਪਰਫੈਕਟ ਹੁੰਦਾ, ਬਹੁਤ ਸਹੀ ਸੋਚ ਸਮਝ ਕੇ ਉਹ ਕੀਤਾ ਹੁੰਦਾ ਕੰਮ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਮੇਰਾ ਮਾਲਕ ਹੈ ਤੂੰ, ਮੇਰਾ ਸਾਈਂ ਹੈ। ਜੋ ਤੋ ਭਾਵੇ ਸੋਈ ਥੀਸੀ, ਜੋ ਤੈਨੂੰ ਭਾਉਂਦਾ ਉਹੋ ਹੀ ਹੁੰਦਾ। ਫਲਾਣੇ ਬੰਦੇ ਨੇ ਮੇਰੇ ਨਾਲ ਐਂ ਧੱਕਾ ਕੀਤਾ, ਬੰਦੇ ਦੇ ਕੀ ਵੱਸ ਸੀ ਤੇਰੇ ਨਾਲ ਧੱਕਾ ਕਰਦਾ,
ਫਲਾਣੇ ਬੰਦੇ ਨੇ ਮੇਰੇ ਨਾਲ ਧੱਕਾ ਕੀਤਾ, ਬੰਦੇ ਦੇ ਨਹੀਂ ਬਸ ਤੇਰੇ ਨਾਲ ਧੱਕਾ ਕਰੇ। ਜੋ ਤੋ ਭਾਵੇ ਸੋਈ ਥੀਸੀ, ਸਿੱਧੀ ਉਹਦੇ ਨਾਲ ਗੱਲ ਕਰ ਵੀ ਆਹ ਤੇਰੇ ਨਾਲ ਕਿਉਂ ਹੋਇਆ। ਜੋ ਤੂੰ ਦੇ ਸੋਈ ਹੋ ਪਾਈ, ਦੁਨੀਆਂ ਤੋਂ ਮੈਨੂੰ ਲਾਲਤਾਂ ਮਿਲ ਰਹੀਆਂ, ਮੈਂ ਬੰਦੇ ਨਾ ਭਾਲਦਾ ਫਿਰ ਕਿਹਦੇ ਕਰਕੇ ਮਿਲ ਰਹੀਆਂ, ਮੈਂ ਸਿੱਧਾ ਉਹਦੇ ਨਾਲ ਕਰਾਂ, ਮੈਥੋਂ ਇਹੋ ਜਿਹਾ ਕੀ ਹੋ ਗਿਆ ਜਿਹੜਾ ਤੂੰ ਮੈਨੂੰ ਹੁਣ ਆਹ ਦੇਈ ਜਾਂਦਾ। ਤੇ ਜੇ ਵਡਿਆਈਆਂ ਵੀ ਮਿਲ ਰਹੀਆਂ ਤੇ ਫਿਰ ਵੀ ਉਦੋਂ ਆਏ ਨਾ ਵੇਖੀਏ ਕੌਣ ਕੌਣ ਮੈਨੂੰ ਕਰ ਰਿਹਾ ਤੇ ਮੈਂ ਉਹਨੂੰ, ਉਹ ਮੇਰਾ ਖਾਸ ਹੈ ਤੇ ਬਾਕੀ ਮੇਰੇ ਦੁਸ਼ਮਣ। ਉਦੋਂ ਵੀ ਇਸ ਗੱਲ ਦਾ ਖਿਆਲ ਰੱਖੀਏ ਕੌਣ ਦੇ ਰਿਹਾ, ਇਹ ਦੇ ਵੀ ਕੀ ਸਕਦਾ ਕਿਸੇ ਨੂੰ ਸਮਾਜ ਕੋਈ, ਇਹ ਦਿੱਤਾ ਵੀ ਉਸੇ, ਇਹ ਵੀ ਉਸੇ ਦਾ ਦਿੱਤਾ। ਫਿਰ ਉਦੋਂ ਆਖੀਏ ਸ਼ੁਕਰ ਹੈ, ਪਤਾ ਨਹੀਂ ਇਹੋ ਜਿਹਾ ਕਿਹੜਾ ਗੁਣ ਤੂੰ ਮੇਰੇ 'ਚ ਪਾਇਆ, ਮੈਨੂੰ ਹੁਣ ਇੰਨੀਆਂ ਵਡਿਆਈਆਂ ਦੇਈ ਜਾਂਦਾ, ਕਿਉਂਕਿ ਗੁਣ ਵੀ ਤਾਂ ਤੇਰਾ ਹੀ ਦਿੱਤਾ, ਸਭ ਗੁਣ ਤੇਰੇ ਬਿਨਾਂ ਹੀ ਕੋਈ। ਜਿਹੜੀ ਜ਼ਿੰਦਗੀ ਹੈ ਜਦੋਂ ਅਸੀਂ ਇਹਨੂੰ ਸੁਚੱਜੀ ਬਣਾਉਣਾ ਹੈ, ਇਸ ਪੂਰੀ ਜੀਵਨ ਨੂੰ ਵਧੀਆ ਜਾਂਚ ਦੇ ਰਾਹੀਂ ਇਹਨੂੰ ਵਧੀਆ ਜੀਵਨ ਬਣਾਉਣਾ, ਤਾਂ ਮੈਂ ਕਿਤੇ ਪੜ੍ਹਿਆ ਸੀ ਕਿ ਜਿਹੜੀ ਚੀਜ਼ ਨੂੰ ਤੁਸੀਂ ਵਧੀਆ ਤਰੀਕੇ ਨਾਲ ਮਤਲਬ ਸੰਭਾਲਣਾ ਚਾਹੁੰਦੇ ਹੋ ਨਾ, ਮੈਨੇਜ ਕਰਨਾ ਚਾਹੁੰਦੇ ਹੋ, ਉਹ ਤੁਹਾਡੀ ਮਿਹਨਤੀ 'ਚ ਆਉਣੀ ਚਾਹੀਦੀ ਹੈ। ਮਿਹਨਤੀ 'ਚ ਆਉਣੀ ਚਾਹੀਦੀ ਹੈ, ਮਤਲਬ ਕਿ ਇਉਂ ਸਮਝ ਲਓ ਵੀ ਇੱਕ ਗਲਾਸ ਹੈ ਨੱਕੋ ਨੱਕ ਭਰਿਆ ਹੋਇਆ, ਅਤੇ ਜੇ ਕਿਸੇ ਵੀਰ ਨੂੰ ਇੱਥੇ ਕਿਹਾ ਜਾਵੇ ਵੀਰ ਇਸ 'ਚੋਂ ਇੱਕ ਬੂੰਦ ਵੀ ਨਹੀਂ ਥੱਲੇ ਡਿੱਗਣੀ ਚਾਹੀਦੀ ਉਸ ਗੇਟ 'ਤੇ, ਪਰ ਉਹ ਪਾਰ ਟੱਪ ਉੱਥੋਂ ਦੀ, ਅਤੇ ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਧਿਆਨ ਰੱਖੇ ਅਤੇ ਉਸ ਤਰੀਕੇ ਨਾਲ ਚੱਲੇ ਅਤੇ ਇੱਕ ਬੂੰਦ ਵੀ ਡਿੱਗਣ ਤੋਂ ਥੱਲੇ ਡਿੱਗਣ ਤੋਂ ਬਿਨਾਂ ਬੰਦਾ ਪਹੁੰਚ ਜੂਗਾ। ਲੇਕਿਨ ਤੁਸੀਂ ਦੇਖੋ ਜਪਾਨ ਤਕਨੀਕੀ ਤੌਰ 'ਤੇ ਦੁਨੀਆ ਦਾ ਸਭ ਤੋਂ ਵਿਕਸਿਤ ਦੇਸ਼ ਹੈ, ਅਤੇ ਕੁਝ ਸਾਲ ਪਹਿਲਾਂ ਉੱਥੇ ਸੁਨਾਮੀ ਆਈ, ਸੁਨਾਮੀ ਆਈ ਉਹਨਾਂ ਦੇ, ਉਹਨਾਂ ਨੂੰ ਪਤਾ ਹੀ ਮਤਲਬ ਉਹਨਾਂ ਦੇ ਪੱਲੇ ਮਤਲਬ ਉਹਨਾਂ ਦੇ ਵਾਸੀ ਕੁਛ ਨਹੀਂ ਰਿਹਾ, ਉਸ ਉਹਨਾਂ ਦੇ ਵੱਡੇ ਵੱਡੇ ਜਿਹੜੇ ਨਿਊਕਲੀਅਰ ਪਲਾਂਟ ਸੀ ਹੋਰ ਸਾਰਾ ਕੁਛ ਉਹ ਤਬਾਹ ਕਰਤਾ, ਕਾਫੀ ਕੁਛ ਤਬਾਹ ਹੋ ਗਿਆ ਉਹਨਾਂ ਟਾਪੂਆਂ 'ਤੇ। ਕਿਉਂ ਹੋ ਗਿਆ? ਕਿਉਂਕਿ ਜਿਹੜੀ ਚੀਜ਼ ਤੁਸੀਂ ਮਿਣ ਗਿਣ ਨਹੀਂ ਸਕਦੇ ਉਹਨੂੰ ਤੁਸੀਂ ਵਿਉਂਤ ਨਹੀਂ ਸਕਦੇ, ਵਿਉਂਤ ਉਸੇ ਚੀਜ਼ ਦੀ ਕੀਤੀ ਜਾ ਸਕਦੀ ਹੈ ਜਿਹੜੀ ਤੁਹਾਡੀ ਮਿਣਤੀ 'ਚ ਆ ਜਾਏ, ਜਿਹੜੀ ਤੁਹਾਡੇ ਹਿਸਾਬ 'ਚ ਆ ਜਾਏ। ਹੁਣ ਜ਼ਿੰਦਗੀ ਦੀ ਅਸੀਂ ਵਿਉਂਤ ਕਰਨੀ ਹੈ, ਇਹਨੂੰ ਹਿਸਾਬ 'ਚ ਕਿਵੇਂ ਲਿਆਈਏ? ਪਾਣੀ ਤਾਂ ਤੁਸੀਂ ਸੰਭਾਲ ਲਿਆ ਕਿਉਂਕਿ ਤੁਹਾਡੇ ਹਿਸਾਬ 'ਚ ਆ ਗਿਆ ਵੀ ਇੱਕ ਗਲਾਸ ਪਾਣੀ ਹੈ ਇੱਥੋਂ ਤੱਕ ਭਰਿਆ ਹੋਇਆ, ਇਹਨੂੰ ਬੂੰਦ ਥੱਲੇ ਡਿੱਗਣ ਦੀ, ਇਹਦੇ ਲਈ ਅਸੀਂ ਜੋ ਵੀ ਜੋੜ ਤੋੜ ਲਾ ਲਿਆ ਬਸ। ਆਪਾਂ ਪਿੰਡਾਂ 'ਚ ਵਹਿਣੇ ਬੀਬੀਆਂ ਸਿਰ 'ਤੇ ਦੌੜਾ ਹੁੰਦਾ, ਆਰਾਮ ਨਾਲ ਤੁਰੀਆਂ ਆਉਂਦੀਆਂ ਹੁੰਦੀਆਂ, ਮਤਲਬ ਨਾ ਬੂੰਦ ਬਾਹਰ ਡਿੱਗਦੀ ਹੈ ਅਤੇ ਨਾ ਤੌੜਾ ਡਿੱਗਣ ਦਾ ਤਾਂ ਥੱਲੇ ਚਾਂਸ ਹੀ ਨਹੀਂ ਕੋਈ, ਮੈਨੇਜ ਕਰ ਲੈਂਦੀਆਂ ਉਹਨੂੰ, ਸੰਭਾਲ ਲੈਂਦੀਆਂ, ਵਿਉਂਤ ਲੈਂਦੀਆਂ ਵੀ ਕਿਵੇਂ ਤੁਰਨਾ ਅਸੀਂ। ਪਰ ਜਦੋਂ ਬੇਥਾ ਜਿਹੜਾ ਹਿਸਾਬ ਤੋਂ ਬਾਹਰ ਪਾਣੀ ਆ ਗਿਆ ਜਪਾਨ 'ਚ, ਉਹਨਾਂ ਦੇ ਵਾਸੀ ਨਹੀਂ ਰਿਹਾ ਵੀ ਉਹਨੂੰ ਕਿਵੇਂ ਸੰਭਾਲੀਏ। ਜਿਹੜੀ ਚੀਜ਼ ਮਿਣਤੀ 'ਚ ਹੀ ਨਹੀਂ ਕਿਸੇ 'ਚ ਕਿਸੇ ਹਿਸਾਬ 'ਚ ਹੀ ਨਹੀਂ ਆਉਂਦੀ, ਉਹਨੂੰ ਕਿਵੇਂ ਵਿਉਂਤਾਂਗੇ? ਹੁਣ ਦੁਨੀਆ ਕਈ ਥਾਈਂ ਕਈ ਰੱਬ ਨੂੰ ਮੈਨੇਜ ਕਰਨ 'ਤੇ ਤੁਲੇ ਹੋਏ ਆ, ਰੱਬ ਨੂੰ ਵਿਉਂਤਣ 'ਤੇ ਲੱਗੇ ਹੋਏ ਆ ਵੀ ਆਹ ਕਰੋ ਰੱਬ ਆਹ ਦੇ ਦੂਗਾ, ਮਤਲਬ ਕਿ ਰੱਬ ਨੂੰ ਵਿਉਂਤ ਲਓ ਵੀ ਰੱਬ ਨੂੰ ਜੇ ਐਂ ਕਰੋਗੇ ਤਾਂ ਆਹ ਮਿਲ ਜੂਗਾ, ਜੇ ਉਹ ਦਿਓਗੇ ਤਾਂ ਆਹ ਮਿਲ ਜੂਗਾ, ਜੇ ਐਂ ਕਰਾਂਗੇ ਤਾਂ ਐਂ ਹੋ ਜੂਗਾ, ਫਲਾਨੇ ਨੇ ਐਂ ਕੀਤਾ ਉਹਨੂੰ ਆਹ ਵਰ ਮਿਲ ਗਿਆ, ਫਲਾਨੇ ਨੇ ਆਹ ਕੀਤਾ ਉਹਨੂੰ ਸ਼ਰਾਪ ਮਿਲ ਗਿਆ, ਮਤਲਬ ਰੱਬ ਨੂੰ ਅਸੀਂ ਹਿਸਾਬ 'ਚ ਕਰ ਲਿਆ, ਕਿਵੇਂ ਹਿਸਾਬ 'ਚ ਹੋ ਗਿਆ? ਉਹ ਮੂਰਖਤਾਲੀਆਂ ਗੱਲਾਂ। ਜਿਹੜੀ ਚੀਜ਼ ਅਮਿਣਵੀ ਹੈ, ਬੇਅੰਤ ਹੈ, ਉਹਨੂੰ ਤੁਸੀਂ ਕਿਵੇਂ ਵਿਉਂਤ ਲਓਗੇ? ਕੋਸ਼ਿਸ਼ ਵੀ ਨਾ ਕਰੋ।
ਤੇ ਜਿਹੜੀ ਚੀਜ਼ ਵਿਉਂਤਣੀ ਚਾਹੁੰਦੇ ਹੋ ਉਹਨੂੰ ਮਿਹਨਤੀ 'ਚ ਲਿਆਓ। ਪਹਿਲਾਂ ਉਹਦਾ ਵੇਖੋ ਕਿੱਡੀ ਹੈ ਇਹ, ਕਿਸੇ ਨੂੰ ਕੱਪੜਾ ਵੀ ਤੁਸੀਂ ਸਿਉਣ ਨੂੰ ਦਿਓ ਨਾ ਦਰਜੀ ਨੂੰ, ਉਹ ਪਹਿਲਾਂ ਵੇਖਦਾ ਮੈਂ ਵੇਖੂੰਗਾ ਜੀ ਕੱਪੜਾ ਕਿੰਨਾ, ਫਿਰ ਇਹ ਵੇਖੂੰਗਾ ਤੁਹਾਨੂੰ ਦੱਸੂੰਗਾ ਵੀ ਇਹਦਾ ਕੀ ਬਣੂਗਾ ਅਤੇ ਕਿਵੇਂ ਬਣੂਗਾ। ਵਿਉਂਤਣ ਤੋਂ ਬਾਅਦ ਐਂ ਨਹੀਂ ਵੀ ਪਹਿਲਾਂ ਤੂੰ ਵਿਉਂਤ ਫਿਰ ਦੱਸਾਂਗੇ ਕੱਪੜਾ ਕਿੰਨਾ, ਇਹ ਹੋ ਨਹੀਂ ਸਕਦਾ। ਸੋ ਜ਼ਿੰਦਗੀ ਨੂੰ ਅਗਰ ਵਿਉਂਤਣਾ ਤਾਂ ਅਸੀਂ ਜ਼ਿੰਦਗੀ ਨੂੰ ਮਿਣਾ ਪਊਗਾ ਸਾਨੂੰ। ਕਿਵੇਂ ਮਿਣਾਂਗੇ ਜ਼ਿੰਦਗੀ ਨੂੰ, ਕਿੰਨੇ ਕੁ ਚਿਰ ਦਾ ਹਿਸਾਬ ਲਾ ਕੇ ਚੱਲੀਏ। ਅਸੀਂ 50 ਸਾਲ ਵਿਉਂਤਣੇ ਹੈ, 70 ਸਾਲ ਵਿਉਂਤਣੇ ਹੈ, 90 ਸਾਲ ਵਿਉਂਤਣੇ ਹੈ, ਕਿੰਨੇ ਚਿਰ ਦੀ ਵਿਉਂਤ ਬਣਾਉਣੀ ਹੈ? ਵਿਉਂਤ ਇਹਦੀ ਬਣਾਉਣੀ ਪਊਗੀ, ਕਿਉਂਕਿ ਜੇ ਵਿਉਂਤ ਬਣਾਵਾਂਗੇ ਤਾਂ ਉਸ ਮੁਤਾਬਕ ਚੱਲ ਸਕਾਂਗੇ, ਜੇ ਵਿਉਂਤ ਨਾ ਹੋਈ ਤਾਂ ਫਿਰ ਇਹਨੂੰ ਸੱਜੀ ਜੀਵਨ ਜਾਂ ਚ ਇਸ 'ਚ ਕਿਵੇਂ ਫਿੱਟ ਹੋਊਗੀ। ਹੁਣ ਜ਼ਿੰਦਗੀ ਮਿਣਨ ਦੀ ਗੱਲ ਜਿੱਥੋਂ ਤੀਕਰ ਚੱਲਦੀ ਹੈ, ਜੇ ਆਪਾਂ ਆਖੀਏ 70 ਸਾਲ ਮਿਣ ਲਓ ਜੀ, ਵੀ ਅੱਜ ਕੱਲ੍ਹ ਇੰਨੀ ਕੁ ਰਹਿ ਗਈ, 100 ਸਾਲ ਵਾਲੀ ਤਾਂ ਗੱਲ ਰਹੀ ਨਹੀਂ, ਜਾਂ ਕੋਈ ਕਹੂਗਾ ਜੀ ਅੱਜ ਕੱਲ੍ਹ ਤਾਂ 60 ਕੁ ਸਾਲ ਰਹਿ ਗਈ ਐਵਰੇਜ। ਪਰ ਆਪਾਂ ਸਾਰੇ ਸੁਣਦੇ ਹੀ ਹਾਂ ਨਾ, ਪਿਛਲੇ ਸਮੇਂ 'ਚ ਗੱਲਾਂ ਸੁਣੀਆਂ ਜੀ, ਰਾਤ ਨੂੰ ਚੰਗਾ ਭਲਾ ਖਾ ਪੀ ਕੇ ਪਿਆ ਸੀ, ਸਵੇਰੇ ਹਿਲਾ ਕੇ ਵੇਖਿਆ ਹੈ ਨਹੀਂ ਸੀ, ਖਤਮ ਸੀ। ਕਈ ਥਾਈਂ ਤਾਂ ਇਹੋ ਜਿਹੀਆਂ ਗੱਲਾਂ ਵੀ ਸੁਣੀਆਂ ਵੀ ਰੋਟੀ ਖਾਈ ਜਾਂਦਾ ਸੀ ਜੀ, ਇੱਕ ਬੁਰਕੀ ਖਾ ਲਈ ਦੂਜੀ ਹੱਥ 'ਚ। ਹੁਣ ਇਹੋ ਜਿਹੇ ਕੇਸ 'ਚ ਦੱਸੋ ਕੀ ਮੀਨਿੰਗ ਹੈ ਇਹਦਾ, ਕਿੰਨੇ ਚਿਰ ਦੀ ਹੈ, ਕਿੰਨੇ ਚਿਰ ਦੀ ਰੱਖੀ ਹੈ ਜ਼ਿੰਦਗੀ? ਇਸ ਹਿਸਾਬ ਨਾਲ ਤਾਂ ਸਾਲ ਦੀ ਵੀ ਨਹੀਂ ਰੱਖ ਸਕਦੇ, ਮਹੀਨੇ ਦੀ ਵੀ ਨਹੀਂ ਰੱਖ ਸਕਦੇ। ਜਿਹੜਾ ਰਾਤ ਨੂੰ ਚੰਗਾ ਭਲਾ ਸੁੱਤਾ ਸੀ, ਸਵੇਰ ਨੂੰ ਮਰ ਗਿਆ, ਉਹਦੀ ਤਾਂ 12 ਘੰਟਿਆਂ ਦੀ ਵੀ ਨਾ ਰਹੀ। ਅਤੇ ਜਿਹੜਾ ਰੋਟੀ ਖਾਈ ਜਾਂਦਾ ਸੀ, ਇੱਕ ਬੁਰਕੀ ਖਾ ਲਈ, ਉਹ ਮੂੰਹ 'ਚ ਪੈ ਗਿਆ ਅਤੇ ਦੂਜੀ ਹੱਥ 'ਚ ਫੜੀ ਹੋਈ, ਉਹਦੇ ਉਹ ਉਸ 'ਤੇ ਤਾਂ ਫਿਰ ਮਿੰਟ ਵੀ ਨਹੀਂ ਰਹੀ। ਜੇ 1 ਮਿੰਟ ਪਹਿਲਾਂ ਉਹਦੇ ਨਾਲ ਗੱਲ ਕੀਤੀ ਹੁੰਦੀ ਤਾਂ ਉਹਨੇ ਇਹ ਆਖਣਾ ਸੀ ਹਜੇ ਆਪਾਂ 60-70 ਸਾਲ ਨਹੀਂ ਲਈਦੇ, ਪਰ ਉਹਨੂੰ ਕੀ ਪਤਾ ਸੀ ਵੀ ਅਗਲੀ ਬੁਰਕੀ ਤੇਰੇ ਹੈ ਨਹੀਂ ਸਾਲ 'ਚ। ਗੁਰਬਾਣੀ ਇਸ 'ਚ ਬੜਾ ਕਲੀਅਰ ਸਾਨੂੰ ਰਸਤਾ ਦੱਸਦੀ ਹੈ। ਗੁਰਬਾਣੀ ਕਹਿੰਦੀ ਹੈ ਹਮ ਆਦਮੀ ਹਾਂ ਇੱਕ ਦਮੀ, ਆਹ ਜਿਹੜਾ ਦਮ ਤੇਰੇ ਕੋਲੇ ਹੈ ਨਾ ਇਹ ਤੇਰਾ, ਅਗਲਾ ਜੇ ਤੈਨੂੰ ਮਿਲ ਗਿਆ ਬੋਨਸ ਸਮਝੀ, ਤੇਰਾ ਹੱਕ ਕੋਈ ਨਹੀਂ। ਜੇ ਮਿਲ ਗਿਆ ਬੋਨਸ, ਨਹੀਂ ਤਾਂ ਤੇਰੇ ਕੋਲੇ ਜਿਹੜਾ ਹੈਗਾ ਇਹਨੂੰ ਵਰਤ ਕੇ ਵਿਖਾ ਵਧੀਆ ਤਰੀਕੇ ਨਾਲ। ਇਸ ਇੱਕ ਪਲ ਦੇ ਵਿੱਚ, ਇੱਕ ਇਸ ਘੜੀ ਦੇ ਵਿੱਚ ਵੱਧ ਤੋਂ ਵੱਧ ਜ਼ਿੰਦਗੀ ਪਾ ਦੇ ਜਿੰਨੀ ਪਾਈ ਜਾਂਦੀ ਹੈ। ਜੋ ਚੰਗਾ ਮਾੜਾ ਕਰਨਾ ਹੈ, ਜੋ ਚੁਣਨਾ ਹੈ, ਜੋ ਆਪਦਾ ਕ੍ਰਿਸ਼ਮਾ ਕਰਨਾ ਹੈ, ਉਹ ਇਸ ਘੜੀ 'ਚ ਕਰਕੇ ਵਿਖਾ, ਇਸ ਇੱਕ ਦਮ 'ਚ ਕਰਕੇ ਵਿਖਾ। ਅਗਲਾ ਦਮ ਜੇ ਮਿਲਿਆ ਉਹ ਬੋਨਸ ਹੈ, ਫਿਰ ਉਦੋਂ ਵੇਖਾਂਗੇ। ਹੁਣ ਜ਼ਿੰਦਗੀ ਇਸ ਹਿਸਾਬ ਨਾਲ ਵੇਖੀਏ ਤਾਂ ਇੱਕ ਇੱਕ ਦਮ ਦੀ ਹੈ, ਅਤੇ ਇਹਦੇ ਨਾਲ ਤਾਂ ਜ਼ਿੰਦਗੀ ਬੜੀ ਸੌਖੀ ਹੋ ਗਈ, ਸੌਖੀ ਹੋ ਗਈ। ਹੁਣ ਕਿੰਨੀ ਕੁ ਵਿਉਂਤਣੀ ਹੈ? ਹੁਣ ਤਾਂ ਇੱਕ ਦਮ ਹੀ ਵਿਉਂਤਣਾ ਹੈ, ਹੁਣ ਤਾਂ ਸਿਰਫ ਇੱਦਾਂ ਹੀ ਫੈਸਲਾ ਕਰਨਾ ਵੀ ਹੁਣ ਮੈਂ ਕੀ ਕਰਨਾ, ਸਵੇਰੇ ਕੀ ਕਰਨਾ, ਸਵੇਰ ਪਤਾ ਨਹੀਂ ਚੜ੍ਹੇ ਕਿ ਨਾ ਚੜ੍ਹੇ, ਹੁਣ ਕੀ ਕਰਨਾ ਇਹ ਜ਼ਿਆਦਾ ਦੇਖਣਾ ਜ਼ਰੂਰੀ ਹੈ। ਹਾਂ, ਹੁਣ ਸਵੇਰ ਲਈ ਵਿਉਂਤ ਵੀ ਬਣਾਈ ਜਾ ਸਕਦੀ ਹੈ, ਪਰ ਉਹ ਕੰਮ ਤਾਂ ਹੁਣ ਦੇ ਖਾਤੇ 'ਚ ਹੀ ਪਊਗਾ ਨਾ। ਚੰਗੀ ਸੋਚ ਇਸ ਘੜੀ ਜਿਹੜੀ ਇਸ ਦਮ 'ਚ, ਚੰਗੀ ਸੋਚ ਕੱਲ੍ਹ ਨੂੰ ਮੈਂ ਜਾ ਕੇ ਕਿਸੇ ਨੂੰ ਧੱਕਾ ਮਾਰੂੰਗਾ, ਅਤੇ ਕੱਲ੍ਹ ਨੂੰ ਮੈਂ ਜਾ ਕੇ ਫਲਾਨੇ ਨੂੰ ਪਹਿਲਾਂ ਮਾਰਿਆ ਸੀ ਉਹ ਤੋਂ ਮਾਫ਼ੀ ਮੰਗ ਲੂੰਗਾ। ਇਹ ਇਸ ਦਮ 'ਚ ਜਿਹੜੀਆਂ ਦੋ ਸੋਚਾਂ ਆਈਆਂ, ਇਹ ਦੋ ਸੋਚਾਂ 'ਤੇ ਹੀ ਫੈਸਲਾ ਹੋਣਾ। ਅਗਾਂਹ ਕੱਲ੍ਹ ਨੂੰ ਆਉਣਾ ਕਿ ਨਹੀਂ ਕੱਲ੍ਹ ਆਉਣਾ, ਇਹ ਤਾਂ ਬਾਅਦ ਦੀ ਗੱਲ ਹੈ, ਪਰ ਇਸ ਵੇਲੇ ਤੁਹਾਡੀ ਸੋਚ ਕਿਹੜੇ ਪਾਸੇ ਨੂੰ ਜਾਂਦੀ ਹੈ, ਉਸ ਹਿਸਾਬ ਨਾਲ ਤੁਹਾਡੀ ਜ਼ਿੰਦਗੀ ਵਿਉਂਤੀ ਗਈ। ਸੋ ਇੱਕ ਪਲ ਦੀ ਵਿਉਂਤ ਹੈ ਸਾਰੀ, ਅਤੇ ਇੱਕ ਇੱਕ ਪਲ ਦੇ ਵਿੱਚ ਹੀ ਇਤਿਹਾਸ ਬਣੇ ਹੈ।
ਆਹ ਜਿਹੜਾ 2018 ਸਾਲ ਹੈ, ਭਾਈ ਘਨੱਈਆ ਜੀ 1718 ਦੇ ਵਿੱਚ ਅਕਾਲ ਚਲਾਣਾ ਕਰ ਗਏ ਸੀ। ਇਸ ਸਾਲ ਉਹਨਾਂ ਨੂੰ 300 ਸਾਲ ਹੋ ਗਏ। 300 ਸਾਲ ਪਹਿਲਾਂ ਭਾਈ ਘਨੱਈਆ ਜੀ ਅਕਾਲ ਚਲਾਣਾ ਕਰ ਗਏ ਸੀ ਅਤੇ 1718 ਦੇ ਵਿੱਚ, ਅੱਜ ਤੋਂ 300 ਸਾਲ ਪਹਿਲਾਂ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਹੋਇਆ ਸੀ। ਹੁਣ ਦੋਵੇਂ ਰੂਹਾਂ ਇਹੋ ਜਿਹੀਆਂ ਜਿਨ੍ਹਾਂ ਨੂੰ ਆਪਾਂ ਸਾਰੀ ਦੁਨੀਆਂ ਦੇ ਵਿੱਚ ਜਿਹਨੂੰ ਜਿਹਨੂੰ ਪਤਾ ਅਤੇ ਪੰਜਾਬੀ ਤਾਂ ਖਾਸ ਕਰ ਆਪਾਂ ਸਾਰੇ ਉਹਨਾਂ ਨੂੰ ਸਲਾਮ ਕਰਦੇ ਹਾਂ। ਉਹਨਾਂ ਮੂਹਰੇ ਸਿਰ ਝੁਕਦਾ ਆਪਣਾ ਕਿ ਕਿਆ ਕਾਰਨਾਮੇ ਕਰਕੇ ਬੰਦੇ ਉਹ, ਜਦੋਂ ਵੀ ਇਹਨਾਂ ਦਾ ਨਾਂ ਆਉਂਦਾ ਸਾਡਾ ਸਿਰ ਜਿਹੜਾ ਉਹ ਅਦਬ ਨਾਲ ਸਤਿਕਾਰ ਨਾਲ ਝੁਕ ਜਾਂਦਾ। ਅਤੇ ਜੇ ਇਹਨਾਂ ਦੀ ਜ਼ਿੰਦਗੀ ਬਣੀ ਥੋੜ੍ਹੀ ਜਿਹੀ ਝਾਤ ਮਾਰੀਏ ਤਾਂ ਸੀ ਕੀ ਭਾਈ ਘਨੱਈਆ ਜੀ ਨੇ ਕੀ ਕੀਤਾ ਸੀ। 1704 ਦੇ ਵਿੱਚ ਜੰਗ ਲੱਗੀ ਹੋਈ ਸੀ ਅਨੰਦਪੁਰ ਅਤੇ ਘੇਰਾ ਪਿਆ ਹੋਇਆ ਸੀ। ਗੁਰੂ ਗੋਬਿੰਦ ਸਿੰਘ ਜੀ ਅਤੇ ਬਾਕੀ ਸਿੰਘ ਜਿਹੜੇ ਸਾਰੇ ਉਹ ਕਿਲ੍ਹੇ 'ਚ ਸੀ, ਅਨੰਦਗੜ੍ਹ ਕਿਲ੍ਹੇ 'ਚ। ਅਤੇ ਘੇਰਾ ਕਿਹਨੇ ਪਾਇਆ ਸੀ? ਮੁਗਲਾਂ ਨੇ ਅਤੇ ਰਾਜਪੂਤ ਰਾਜਿਆਂ ਨੇ। ਮੁਗਲਾਂ ਦਾ ਤਾਂ ਰਾਜ ਸੀ, ਉਹਨਾਂ ਦੇ ਆਪਦੇ ਮਸਲੇ ਹੋਣੇ ਆ ਕਿਉਂਕਿ ਉਹ ਸਾਰਿਆਂ ਥਾਈਂ ਆਪਦਾ ਰਾਜ ਚਾਹੁੰਦੇ ਸੀ ਅਤੇ ਕੁਛ ਉਹਨਾਂ ਨਾਲ ਇਹ ਮਸਲੇ ਸੀ ਵੀ ਉਹ ਤਸ਼ੱਦਦ ਕਰਨੋਂ ਨਹੀਂ ਹਟਦੇ ਸੀ, ਜਬਰੀ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਸੀ। ਅਤੇ ਸ਼ੁਰੂ ਤੋਂ ਹੀ ਇਹ ਗੁਰੂ ਘਰ ਦੀ ਜਿਹੜੀ ਉਹਨਾਂ ਨੂੰ ਨਸੀਹਤ ਰਹੀ ਆ ਵੀ ਭਾਈ ਐਂ ਨਹੀਂ ਹੋ ਸਕਦਾ, ਧੱਕਾ ਨਾ ਕਰੋ ਕਿਸੇ ਨਾਲ। ਜਿਵੇਂ ਕਹਿੰਦੇ ਨਾ ਤਾਂ ਧੱਕੇ ਨਾਲ ਜਨੇਊ ਪਾਇਆ ਸੀ ਅਤੇ ਨਾ ਹੀ ਧੱਕੇ ਨਾਲ ਕਿਸੇ ਨੂੰ ਲਾਉਣ ਦੇਣਾ। ਧੱਕਾ ਅਸੀਂ ਹੋਣ ਨਹੀਂ ਦੇਣਾ, ਮਤਲਬ ਧੱਕਾ ਕਰਨਾ ਵੀ ਗੁਨਾਹ ਹੈ, ਧੱਕਾ ਸਹਿਣਾ ਵੀ ਗੁਨਾਹ ਹੈ ਅਤੇ ਧੱਕਾ ਵੇਖਣਾ ਵੀ ਗੁਨਾਹ ਹੈ। ਵੀ ਕੋਈ ਕਿਸੇ 'ਤੇ ਧੱਕਾ ਕਰੀ ਜਾਵੇ ਅਤੇ ਆਪਾਂ ਖੜ੍ਹੇ ਪਾਸੇ ਵੇਖੀ ਜਾਈਏ ਵੀ ਉਹ ਵੀ ਇਸ ਰੱਬ ਦੀ ਦਿੱਤੀ ਜ਼ਿੰਦਗੀ ਨੂੰ ਕੋਈ ਚੰਗੀ ਥਾਂ ਖੜ੍ਹੇ ਨਹੀਂ ਕਰਦਾ। ਕੱਲ੍ਹ ਨੂੰ ਇਸ ਜ਼ਿੰਦਗੀ ਬਾਰੇ ਕੋਈ ਵਧੀਆ ਨਹੀਂ ਲਿਖਿਆ ਜਾਊਗਾ ਵੀ ਫਲਾਨਾ ਉੱਥੇ ਸੀਗਾ ਪਰ ਉਹ ਤਾਂ ਬੋਲਿਆ ਨਹੀਂ। ਸੋ ਧੱਕਾ ਵੇਖਣਾ ਵੀ ਗੁਨਾਹ ਹੈ, ਧੱਕਾ ਹੋਣ ਵੀ ਨਹੀਂ ਦੇਣਾ, ਮਤਲਬ ਕਰਨਾ ਵੀ ਨਹੀਂ, ਸਹਿਣਾ ਵੀ ਨਹੀਂ ਅਤੇ ਹੋਣ ਵੀ ਨਹੀਂ ਦੇਣਾ। ਹੁਣ ਇਹ ਜਿਹੜਾ ਮਸਲਾ ਹੈ ਨਾ, ਇਸ ਗੱਲ ਕਰਕੇ ਮੁਗਲਾਂ ਨੂੰ ਤਾਂ ਆਪਦੀਆਂ ਪ੍ਰੋਬਲਮ ਸੀਗੀਆਂ। ਸੋ ਉਹਨਾਂ ਦਾ ਤਾਂ ਆਉਣਾ ਆਪਦੀ ਥਾਂ। ਜਿਹੜੇ ਰਾਜਪੂਤ ਰਾਜੇ ਸੀ ਇਹਨਾਂ ਦੀਆਂ ਆਪਦੀਆਂ ਬਸ ਪ੍ਰੋਬਲਮਾਂ ਸੀਗੀਆਂ। ਇਹ ਜਾਤ ਕਰਕੇ ਰਾਜੇ ਬਣੇ ਹੋਏ ਸੀ ਕਿਉਂਕਿ ਬਾਹਮਣਾਂ ਨੂੰ ਕਹਿੰਦੇ ਸੀ, ਬਾਹਮਣਾਂ ਨੇ ਕਿਹਾ ਵੀ ਸੰਤ ਰਾਜ ਕਰਨ ਦੀ ਲੋੜ ਨਹੀਂ, ਰਾਜਾ ਤਾਂ ਸਾਡੀ ਸਲਾਹ ਨਾਲ ਹੀ ਚੱਲੂਗਾ, ਰਾਜ ਖੱਤਰੀ ਕਰਨਗੇ। ਇਹ ਰਾਜਪੂਤ ਰਾਜੇ ਜਿਹੜੇ ਰਾਜੇ ਬਣੇ ਹੋਏ ਸੀ ਅਤੇ ਵੈਸ਼ ਤੇ ਸ਼ੂਦਰ ਨੂੰ ਤਾਂ ਹੱਕੀ ਕੋਈ ਨਹੀਂ ਸੀ ਰਾਜ ਬਣੀ ਸੋਚਣ ਦਾ ਵੀ ਆਪਾਂ ਵੀ ਕਦੇ ਰਾਜੇ ਬਣਾਂਗੇ। ਗੁਰੂ ਸਾਹਿਬ ਨੇ ਜਿਹੜਾ ਸਰਬ ਸਾਂਝੀ ਵਾਲਤਾ ਦਾ ਇੱਕ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਲੰਗਰ ਦੀ ਚੱਲ ਪਈ, ਸੰਗਤ ਦੀ ਚੱਲ ਪਈ ਕਿ ਸਾਰੇ ਇਕੱਠੇ ਬੈਠ ਕੇ ਖਾਵਾਂਗੇ। ਕਿੱਥੇ ਅਗਲੇ ਨੂੰ ਕਹਿੰਦੇ ਸੀ ਪਰਾਂ ਭਾਂਡਾ ਰੱਖ ਦੂਰ, ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਦੂਰ ਤਾਂ ਕੀ, ਇੱਥੇ ਪੰਗਤ 'ਚ ਬੈਠ ਕੇ ਨਾਲ ਖਾ। ਬਾਦਸ਼ਾਹ ਅਕਬਰ ਨੂੰ ਵੀ ਪਹਿਲਾਂ ਪੰਗਤ 'ਚ ਬੈਠ ਕੇ ਲੰਗਰ ਛਕਣਾ ਪਿਆ ਸੀ, ਫਿਰ ਦਰਸ਼ਨ ਦਿੱਤੇ ਸੀ ਗੁਰੂ ਅਮਰਦਾਸ ਜੀ ਨੇ। ਇਕੱਠੇ ਕਰਤੇ ਸਾਰੇ, ਕੋਈ ਜਾਤ ਪਾਤ ਨਹੀਂ ਭਾਈ, ਸਾਰੇ ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨ ਵੋ, ਸਭ ਮੈਂ ਜੋਤ ਜੋਤ ਹੈ ਸੋਈ। ਹੁਣ ਜਿਹੜੇ ਰਾਜਪੂਤ ਸੀ ਉਹਨਾਂ ਦਾ ਮਸਲਾ ਰਾਜ ਸੰਭਾਲਣ ਦਾ ਸੀ ਵੀ ਸਾਡਾ ਰਾਜ ਨਾ ਖੁੱਸ ਜੇ। ਮੁਗਲਾਂ ਨੂੰ ਤਾਂ ਉਹਨਾਂ ਨੇ ਇਉਂ ਸੈੱਟ ਕਰ ਲਿਆ ਵੀ ਚਲੋ ਟੈਕਸ ਟੁਕਸ ਦੇ ਤਾ ਜਾਂ ਉਹਨਾਂ ਦੇ ਮੁਤਾਬਕ ਰਾਜ ਚਲਾ ਲਿਆ, ਜਾਂ ਇੱਥੋਂ ਤੱਕ ਵੀ ਹੋ ਗਿਆ ਕਿ ਜਿਹੜੇ ਰਾਜਪੂਤ ਰਾਜੇ ਸੀ ਆਪਦੀਆਂ ਧੀਆਂ ਵੀ ਵਿਆਹ 'ਚ ਉਹਨਾਂ ਨੇ ਮੁਗਲਾਂ ਨਾਲ ਬਣਾ ਕੇ ਰਿਸ਼ਤੇਦਾਰੀਆਂ ਪਾ ਲਈਆਂ ਵੀ ਸਾਡਾ ਹੀ ਥੋੜ੍ਹਾ ਹੀ ਹੈ ਜੀ ਰਾਜ, ਜਦੋਂ ਸਾਡੀ ਕੁੜੀ ਦੇ ਤੀ ਅਸੀਂ ਤੁਹਾਨੂੰ।
ਰਾਣੀ ਜੋਧਾ ਤੋਂ ਸ਼ੁਰੂ ਹੋਇਆ ਅਕਬਰ ਵੇਲੇ ਤੋਂ, ਅਤੇ ਬਾਅਦ 'ਚ ਬਥੇਰਾ ਮਤਲਬ ਆਈ ਚੱਲਿਆ, ਰਿਸ਼ਤੇਦਾਰੀਆਂ ਹੀ ਪੈਂਦੀਆਂ ਰਹੀਆਂ ਇਹਨਾਂ ਦੀਆਂ। ਸੋ ਉੱਧਰੋਂ ਤਾਂ ਉਹ ਇਉਂ ਸੈਟਿੰਗ ਕਰ ਲਈ ਉਹਨਾਂ ਨੂੰ ਨਾਲ ਰਲ ਕੇ ਉਹਨਾਂ ਦੇ, ਪਰ ਰਾਜ ਨਾ ਸਾਡਾ ਖੋਇਓ, ਚੱਲਾਂਗੇ ਹੀ ਤੁਹਾਡੇ ਹਿਸਾਬ ਨਾਲ। ਹੁਣ ਜਿਹੜਾ ਗੁਰੂ ਸਾਹਿਬ ਨੇ ਕੰਮ ਕੀਤਾ ਸੀ ਕਿ ਜਾਤਾਂ ਸਾਰੀਆਂ ਬਰਾਬਰ ਕਰਤੀਆਂ, ਉਹਦੇ ਨਾਲ ਤਾਂ ਦਾਅਵੇਦਾਰੀ ਰਾਜ ਦੇ ਉੱਤੇ ਗੋਹਾ ਕੂੜੇ ਕਰਦੇ ਦੀ ਵੀ ਬਣ ਗਈ, ਸ਼ੂਦਰ ਦੀ ਵੀ ਬਣ ਗਈ, ਵੈਸ਼ ਦੀ ਵੀ ਬਣ ਗਈ, ਅਤੇ ਖੱਤਰੀਆਂ ਦੀ ਤਾਂ ਸੀਗੀ ਸੀਗੀ। ਮਤਲਬ ਸਾਰੇ ਹੀ ਹਰ ਮਨੁੱਖ ਰਾਜ ਕਰਨ ਦੇ ਬਰਾਬਰ ਕਾਬਲ ਹੋ ਗਿਆ। ਉਹ ਕਹਿੰਦੇ ਆਹ ਤਾਂ ਨਵਾਂ ਸਿਆਪਾ, ਹੁਣ ਤਾਂ ਖੁੱਸਿਆ ਹੀ ਸਾਡਾ ਰਾਜ ਲਓ। ਗੁਰੂ ਸਾਹਿਬ ਨੂੰ ਔਫਰ ਵੀ ਕੀਤੀ ਸੀ ਉਹਨਾਂ ਨੇ, ਕਹਿੰਦੇ ਤੁਸੀਂ ਅੰਮ੍ਰਿਤ ਛਕਾਉਂਦੇ, ਅਸੀਂ ਛਕਣ ਨੂੰ ਤਿਆਰ ਹਾਂ, ਪਰ ਸਾਡਾ ਵਾਟਾ ਅੱਡ ਤਿਆਰ ਕਰ ਦਿਓ, ਸ਼ੂਦਰਾਂ ਨਾਲ ਨਹੀਂ ਛਕਣਾ। ਕਹਿੰਦੇ ਨਹੀਂ ਭਾਈ, ਤੁਹਾਡੇ ਵਾਸਤੇ ਹੈ ਹੀ ਨਹੀਂ, ਤੁਸੀਂ ਜਾਓ, ਇਹ ਨਹੀਂ ਹੋ ਸਕਦਾ। ਮਨੁੱਖਤਾ ਦੀ ਬਰਾਬਰੀ ਲਈ ਜੋ ਉਹਨਾਂ ਨੇ ਗੱਲ ਕੀਤੀ ਸੀ। ਸੋ ਇਹ ਜਦੋਂ ਸਾਰੇ ਘੇਰ ਕੇ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਵੀ ਇਹਨਾਂ ਨੂੰ ਖਤਮ ਹੀ ਕਰਨਾ, ਉਸ ਜੰਗ ਦੇ ਵਿੱਚ ਹੁਣ ਭਾਈ ਘਨੱਈਆ ਜੀ ਵਰਗਾ ਸਿੱਖ ਹੋਵੇ, ਗੁਰੂ ਨੂੰ ਪਿਆਰ ਕਰਦਾ ਹੋਵੇ, ਗੁਰੂ ਦੇ ਉੱਤੇ ਜਾਨ ਛਿੜਕਦਾ ਹੋਵੇ, ਅਤੇ ਉਹਨੂੰ ਮਾਰਨ ਘੇਰਾ ਪਾਇਆ ਹੋਵੇ ਇੰਨੀਆਂ ਫੌਜਾਂ ਨੇ, ਜੰਗ ਦੇ ਮੈਦਾਨ 'ਚ ਜਾਵੇ ਅਤੇ ਪਿੱਛੋਂ ਆਵਾਜ਼ ਪਈ ਹੋਵੇ ਪਾਣੀ। ਵੈਸੇ ਹੀ ਮੇਰੇ ਮਨ 'ਚ ਖਿਆਲ ਆਇਆ, ਮੈਂ ਕਿਹਾ ਮਨਾ ਉਸ ਪਲ, ਉਸ ਇੱਕ ਦਮ, ਆਪਾਂ ਕਹਿੰਦੇ ਨਾ ਹਮ ਆਦਮੀ ਹਾਂ ਇੱਕ ਦਮੀ, ਹੁਣ ਉਸ ਦਮ ਜਦੋਂ ਭਾਈ ਘਨੱਈਆ ਜੀ ਨੇ ਆਵਾਜ਼ ਸੁਣੀ, ਉਹਨਾਂ ਦੇ ਮਨ 'ਚ ਇੱਕ ਵਾਰੀ ਸ਼ਾਇਦ ਆਇਆ ਹੀ ਹੋਊਗਾ ਵੀ ਇਹ ਕੌਣ ਹੈ, ਪਰ ਫਿਰ ਆਖਿਆ ਹੋਊਗਾ ਵੀ ਆਪਾਂ ਕੀ ਲੈਣਾ, ਕੋਈ ਹੋਵੇ ਪਾਣੀ ਮੰਗਦਾ। ਫਿਰ ਮਨ 'ਚ ਸੋਚਿਆ ਹੋਊਗਾ ਪਾਣੀ ਤਾਂ ਮੰਗਦਾ, ਕਿਤੇ ਦੁਸ਼ਮਣ ਤਾਂ ਨਹੀਂ। ਫਿਰ ਮਨ 'ਚ ਆਇਆ ਉਹ ਕੋਈ ਨਹੀਂ, ਦੁਸ਼ਮਣ ਤਾਂ ਕੀ ਹੈ ਵਿਚਾਰਾ ਧਿਆਇਆ, ਪਰ ਇਹ ਤਾਂ ਮਾਰਨ ਆਇਆ ਸੀ। ਫਿਰ ਸੋਚਾਉਣਾ ਨਹੀਂ, ਕੋਈ ਨਹੀਂ ਹੁਣ ਤਾਂ ਧਿਆਇਆ, ਹੁਣ ਤਾਂ ਥੱਲੇ ਡਿੱਗਿਆ ਪਿਆ, ਪਾਣੀ ਪੀ ਕੇ ਦੁਬਾਰਾ ਨਾ ਲੱਗ ਪਏ। ਫਿਰ ਸੋਚਾਉਣਾ